ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹੈਰੀ ਅੱਜ ਆਪਣਾ ਪੰਜਾਬ ਟੀ ਵੀ ਦੇ ਵਿੱਚ ਤੁਹਾਡੇ ਨਾਲ ਮੁਲਾਕਾਤ ਲਈ ਹਾਜ਼ਰ ਹੋਇਆ ਹਾਂ। ਅੱਜ ਦਾ ਜਿਹੜਾ ਕਿ ਮੁੱਦਾ ਹੋਊਗਾ ਉਹ ਬੜਾ ਗੰਭੀਰ, ਜਿਹੜਾ ਕਿ ਤੁਸੀਂ ਹਰ ਸੋਸ਼ਲ ਮੀਡੀਆ 'ਤੇ ਦੇਖਿਆ ਹੋਣਾ ਵੀ ਅੱਜ ਕੱਲ੍ਹ ਛਾਏ ਹੋਏ ਆ ਗੁਰਦਾਸ ਮਾਨ। ਅੱਜ ਜਿਹੜੀ ਚਰਚਾ ਹੋਊਗੀ ਗੁਰਦਾਸ ਮਾਨ ਜੀ ਦੀ, ਅਤੇ ਉਸ ਤੋਂ ਪਹਿਲਾਂ ਆਪਾਂ ਜਿਹੜੇ ਸਾਡੇ ਸਟੂਡੀਓ ਵਿੱਚ ਗੈਸਟ ਆਏ ਹੋਏ ਆ ਉਹਨਾਂ ਦਾ ਕਰੀਏ ਸਵਾਗਤ। ਆਓ ਉਹਨਾਂ ਨਾਲ ਮੁਲਾਕਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਜੀ, ਕੀ ਹਾਲ ਚਾਲ? ਬੜੇ ਚਿਰਾਂ ਬਾਅਦ ਤਿਕੜੀ ਆਈ ਹੈ ਜੀ, ਠੀਕ ਨਹੀਂ? ਅਤੇ ਅੱਜ ਜਿਹੜੇ ਮੁੱਦੇ ਆ, ਜਿਹੜਾ ਕਿ ਗੁਰਦਾਸ ਮਾਨ ਜੀ ਦਾ ਮੁੱਦਾ ਲੈ ਕੇ ਹਾਜ਼ਰ ਹੋਏ ਹਾਂ, ਅਤੇ ਆਪਾਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਫਤਿਹ ਬੁਲਾਓ ਮੇਰੇ ਵੱਲੋਂ ਜੀ। ਆਪਣਾ ਪੰਜਾਬ ਦੇ ਸਰੋਤਿਆਂ ਨੂੰ, ਵੱਖ ਵੱਖ ਦੇਸ਼ਾਂ ਦੇ ਵਿੱਚ ਬੈਠੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਆਦਾਬ ਅਤੇ ਨਮਸਕਾਰ। ਮੈਂ ਹਾਂ ਸੁਭਾਸ਼ ਸ਼ਰਮਾ ਤੁਹਾਡਾ ਆਪਣਾ, ਔਰ ਮੇਰੇ ਨਾਲ ਨੇ ਸਰਦਾਰ ਇੰਦਰਦੀਪ ਸਿੰਘ ਜੀ, ਇਹ ਆਪਣਾ ਇੰਟਰੋਡਕਸ਼ਨ ਦੇਣਗੇ। ਹਾਂਜੀ ਹਾਂਜੀ, ਮੇਰੇ ਵੱਲੋਂ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਇੰਦਰਜੀਤ ਜੀ, ਜਿਸ ਤਰ੍ਹਾਂ ਤੁਸੀਂ ਆਮ ਇੱਕ ਗੁਰਸਿੱਖ ਹਾਂ, ਠੀਕ ਨਹੀਂ ਜੀ, ਇੱਕ ਕੁਐਸਚਨ ਜਿਹੜਾ ਕਿ ਗੁਰਦਾਸ ਮਾਨ ਜੀ ਦੇ ਬਾਰੇ ਹੋਇਆ, ਆਮ ਤੁਸੀਂ ਮੀਡੀਆ ਵਿੱਚ ਦੇਖਿਆ ਹੋਣਾ, ਸੁਭਾਸ਼ ਜੀ ਤੁਸੀਂ ਵੀ ਦੇਖਿਆ ਹੋਣਾ, ਇਹਦੇ ਬਾਰੇ ਆਪਾਂ ਕੀ ਸ਼ੁਰੂਆਤ ਕਰੀਏ ਅਤੇ ਕੀ ਕਰੀਏ? ਇੱਕ ਆਪਾਂ ਨੂੰ ਕਹਿੰਦੇ ਵੀ ਸ਼ਰਮ ਆਉਂਦੀ ਆ ਇਹੋ ਜਿਹੇ ਇੰਟਰਵਿਊ ਕਰਦਿਆਂ ਨੂੰ ਐਜ਼ ਏ ਮੀਡੀਆ ਪਰਸਨ, ਅਤੇ ਦੂਸਰੇ ਪਾਸੇ ਇੱਕ ਬੰਦੇ ਨੇ ਇੰਨੀ ਭਾਸ਼ਾ ਬੈਡ ਬੋਲੀ ਜਾਂ ਚੰਗੀ ਬੋਲੀ, ਠੀਕ ਨਹੀਂ, ਉਹਦੇ ਹੋਮੇ ਨੂੰ ਪਤਾ ਹੋਊਗਾ ਵੀ ਕੀ ਹੋਇਆ ਕੀ ਨਹੀਂ। ਤੁਸੀਂ ਸੁਭਾਸ਼ ਜੀ ਕੀ ਕਹਿਣਾ ਚਾਹੁੰਦੇ ਆ, ਜਿਹੜਾ ਕਿ ਉਹਨਾਂ ਨੇ ਇੱਕ, ਚਲੋ ਬਾਕੀ ਜੋ ਵੀ ਹੋਇਆ, ਮਾਂ ਬੋਲੀ ਦਾ, ਹਿੰਦੀ ਦਾ, ਮਾਸੀ ਆ, ਭੂਆ ਆ, ਫੁੱਫੜਾ, ਜੋ ਵੀ ਹੈਗਾ ਸੀਗਾ, ਇੱਕ ਲਫ਼ਜ਼ ਨੇ ਉਹਨਾਂ ਦਾ ਕੈਰੀਅਰ ਦੇ ਉੱਤੇ ਦਾਗ ਨਹੀਂ ਲਾਇਆ ਜੀ? ਇਸ ਤੋਂ ਜਾਣ ਤੋਂ ਪਹਿਲਾਂ ਨਾ ਆਪਾਂ ਨੂੰ ਜਿਹੜੇ ਗੁਰਦਾਸ ਮਾਨ ਨੇ ਕੀ ਬੋਲਿਆ ਜਾਂ ਕੀ ਦਾਗ ਲਾਇਆ ਜਾਂ ਨਹੀਂ ਲਾਇਆ, ਉਸ ਸੰਦਰਭ 'ਚ ਜਾਣ ਤੋਂ ਪਹਿਲਾਂ ਆਪਾਂ ਨੂੰ ਇਹ ਵੇਖਣਾ ਪਏਗਾ ਕਿ ਅੱਜ ਦੇ ਯੁੱਗ 'ਚ ਜਾਂ ਪਹਿਲਾਂ ਸਾਡੀ ਭਾਸ਼ਾ ਜਿਹੜੀ ਸੰਵਿਧਾਨਿਕ ਤੌਰ 'ਤੇ ਭਾਸ਼ਾ ਦੀ ਕੀ ਪੁਜੀਸ਼ਨ ਰਹੀ ਹੈ ਜਾਂ ਕੀ ਸੀ ਜਾਂ ਕੀ ਹੈ, ਔਰ ਇਹ ਕੁਐਸਚਨ ਜਿਹੜੇ ਨੇ ਜਾਂ ਸਵਾਲ ਨੇ ਇਹ ਵਾਰ ਵਾਰ ਕਿਉਂ ਉੱਠ ਕੇ ਆ ਰਹੇ ਨੇ ਜਾਂ ਮੀਡੀਆ ਨੂੰ ਜਾਂ ਸੈਲੀਬ੍ਰਿਟੀਜ਼ ਨੂੰ, ਪੰਜਾਬੀ ਸੈਲੀਬ੍ਰਿਟੀ ਹੋਵੇ ਜਾਂ ਹਿੰਦੀ ਜਾਂ ਨੌਨ ਹਿੰਦੀ ਸਪੀਕਿੰਗ ਏਰੀ ਸਪੀਕ ਲੋਕਾਂ ਨੂੰ ਇਹ ਸਵਾਲ ਕਿਉਂ ਕਰਨੇ ਪੈ ਰਹੇ ਨੇ ਅਤੇ ਕਿਉਂ ਆ ਰਹੇ ਨੇ, ਅਤੇ ਇਹਦੇ ਵਿੱਚ ਕਿਹੜਾ ਬਲੀ ਦਾ ਬੱਕਰਾ ਬਣਦਾ ਜਾ ਰਿਹਾ? ਇਹ ਮੈਂ ਸਮਝਦਾ ਕਿ ਵਿਸਥਾਰ 'ਚ ਸਰਦਾਰ ਇੰਦਰਵੀਰ ਸਿੰਘ ਜੀ ਇਹ ਚੀਜ਼ਾਂ ਨੂੰ ਥੋੜ੍ਹਾ ਜਿਹਾ ਦੱਸਣਗੇ। ਅਤੇ ਤੁਸੀਂ ਕੀ ਸੋਚਦੇ ਜੇ ਵੀ ਇਹ ਜਿਹੜੀ ਮਤਲਬ ਭਾਸ਼ਾ ਗੁਰਦਾਸ ਮਾਨ ਦਾ ਇੱਕ ਲਿੰਕ ਇਹ ਨਾ ਆਪਾਂ ਜੋੜ ਸਕਦੇ ਹਾਂ ਭਾਸ਼ਾ ਦੇ ਨਾਲ ਜਿਹੜੇ? ਦੇਖੋ, ਪਹਿਲਾਂ ਤਾਂ ਆਪਾਂ ਜਿਹੜੀ ਭਾਸ਼ਾ ਹੈ ਹਾਂਜੀ ਉਹਦਾ ਸੰਦਰਭ 'ਚ ਹੀ ਗੱਲ ਕਰ ਸਕਦੇ ਹਾਂ, ਕਿਉਂਕਿ ਇਸ਼ੂ ਭਾਸ਼ਾ ਨਾਲ ਜੁੜਿਆ। ਹਾਂਜੀ, ਭਾਸ਼ਾ ਨਾਲ, ਹਿੰਦੀ ਭਾਸ਼ਾ ਅਤੇ ਪੰਜਾਬੀ ਮਾਂ ਬੋਲੀ ਭਾਸ਼ਾ ਦਾ ਉਹਦੇ ਆਰਗੂਮੈਂਟ ਹੋਇਆ, ਕਿਉਂਕਿ ਜਦੋਂ ਵੀ ਕੋਈ ਚੀਜ਼ ਨੂੰ ਸਮਝਣਾ ਹੁੰਦਾ ਹੈ ਤਾਂ ਉਹਦਾ ਪਹਿਲਾਂ ਪਿਛੋਕੜ, ਉਹਦੀ ਹਿਸਟਰੀ, ਉਹਦਾ ਕਲਚਰ ਕੀ ਹੈ, ਉਹ ਕਿੱਥੋਂ ਤੁਰ ਕੇ ਹੁਣ ਤੱਕ ਆਈ ਹੈ, ਉਹ ਸਮਝਣ ਲਈ ਪਹਿਲਾਂ ਉਹਦਾ ਜਿਹੜਾ ਪਿਛੋਕੜਾ ਵੇਖਣਾ ਪੈਂਦਾ ਵੀ ਇਹ ਗੱਲ ਕਿੱਥੋਂ ਤੁਰੀ ਹੈ ਜੀ। ਦੇਖੋ, ਜਦੋਂ ਆਪਾਂ ਆਜ਼ਾਦ ਹੋਏ ਹਾਂਜੀ ਤਾਂ ਉਸ ਵੇਲੇ ਤਿੰਨ ਚੀਜ਼ਾਂ ਜਿਹੜੇ ਆਪਣੇ ਫੋਰ ਫਾਦਰਸ ਹੈਗੇ ਸੀ, ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ, ਦੇਸ਼ ਆਜ਼ਾਦ ਹੋਇਆ, ਤੇ ਉਸ ਵੇਲੇ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਭਾਸ਼ਾ ਦੇ ਸੰਬੰਧ 'ਚ ਕੌਨਸਟੀਟਿਊਸ਼ਨ 'ਚ ਐਡ ਕੀਤੀਆਂ ਗਈਆਂ ਜੀ। ਪਹਿਲੀ ਚੀਜ਼ ਤਾਂ ਇਹ ਸੀ ਕਿ ਅਸੀਂ ਜਿਹੜੀ ਹੈਗੀ ਹੈ ਇੱਕ ਆਫੀਸ਼ੀਅਲ ਲੈਂਗੁਏਜ, ਜਿਹੜੀ ਕਿ ਪਹਿਲਾਂ ਅੰਗਰੇਜ਼ੀ ਚੱਲ ਰਹੀ ਸੀ, ਹਾਂਜੀ ਅੰਗਰੇਜ਼ਾਂ ਦੇ ਟਾਈਮ ਚੱਲ ਰਹੀ ਸੀ, ਅਸੀਂ ਉਸ ਦੇ ਨਾਲ ਹਿੰਦੀ ਨੂੰ ਜੋੜਿਆ, ਆਫੀਸ਼ੀਅਲ ਲੈਂਗੁਏਜ ਇਹਨੂੰ, ਦਫ਼ਤਰੀ ਭਾਸ਼ਾ ਇੰਗਲਿਸ਼ ਤੋਂ ਬਾਅਦ ਹਿੰਦੀ ਭਾਸ਼ਾ ਹੀ, ਹਾਂਜੀ ਹਾਂਜੀ, ਅਸੀਂ ਉਹਨੂੰ ਨਾਲ ਜੋੜਿਆ ਵੀ ਜਿੱਥੇ ਇੰਗਲਿਸ਼ ਨੂੰ ਦਫ਼ਤਰੀ ਭਾਸ਼ਾ ਦੇ ਤੌਰ 'ਤੇ ਵਰਤਿਆ ਜਾਏਗਾ ਹਾਂਜੀ ਉੱਥੇ ਹਿੰਦੀ ਨੂੰ ਵੀ ਵਰਤਿਆ ਜਾਏਗਾ, ਔਰ ਇਹ ਕਿਹਾ ਗਿਆ ਵੀ ਇਹ ਜਿਹੜਾ ਸਮਾਂ ਅਸੀਂ 15 ਸਾਲ ਦਿੰਦੇ ਹਾਂ ਜੀ। ਬਾਅਦ ਦੇ ਵਿੱਚ ਜਦੋਂ ਲੈਂਗੁਏਜ ਦਾ ਲੈਂਗੁਏਜ ਐਕਟ ਬਣਿਆ 1963 ਦੇ ਵਿੱਚ, ਤਾਂ ਫਿਰ ਡਿਸਾਈਡ ਕੀਤਾ ਗਿਆ ਵੀ ਨਹੀਂ, ਇਹ ਅਸੀਂ ਇਨਡੈਫੀਨਿਟਲੀ ਜਿਹੜਾ ਹੈਗਾ ਇਸ ਨੂੰ, ਜਿਹੜਾ ਦੋਵੇਂ ਭਾਸ਼ਾਵਾਂ ਨੂੰ ਜਿਹੜਾ ਹੈਗਾ ਆਫੀਸ਼ੀਅਲ ਲੈਂਗੁਏਜ ਦੇ ਤੌਰ 'ਤੇ ਅਸੀਂ ਭਾਰਤ ਵਿੱਚ ਲਾਗੂ ਕਰਦੇ ਹਾਂ। ਕਿਹੜੀਆਂ ਦੋ ਲੈਂਗੁਏਜ? ਹਿੰਦੀ ਅਤੇ ਇੰਗਲਿਸ਼। ਇੰਗਲਿਸ਼, ਅੱਛਾ, ਠੀਕ ਹੈ ਜੀ। ਇੱਕ ਤਾਂ ਇਹ ਚੀਜ਼ ਸੀ, ਯਾਨੀ ਕਿ ਉਹ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਵੀ ਹਾਂ ਦੋ ਇਹ ਭਾਸ਼ਾ ਜਿਹੜੀਆਂ ਕਿ ਕੰਟੀਨਿਊ ਕਰਨਗੀਆਂ। ਦੂਜਾ ਇਹ ਸੀ ਕਿ ਦੇਖੋ, ਜਿਹੜਾ ਕਿਉਂਕਿ ਜਦੋਂ ਬ੍ਰਿਟਿਸ਼ਰਸ ਗਏ ਹੈਗੇ ਸੀ ਤਾਂ ਇਕੱਲਾ ਇਹ ਨਹੀਂ ਸੀ ਵੀ ਪਾਰਲੀਮੈਂਟ 'ਚ ਵੀ ਕੰਮ ਹੋ ਰਿਹਾ ਸੀ, ਸਾਡੇ ਜਿਹੜੀਆਂ ਸੁਪਰੀਮ ਕੋਰਟਸ ਵੀ, ਸਾਡੀਆਂ ਹਾਈ ਕੋਰਟਸ ਵੀ ਸੀ, ਉਹਨਾਂ 'ਚ ਵੀ ਕਿਸੇ ਭਾਸ਼ਾ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ, ਉਹ ਇੰਸੀਡੈਂਟਲੀ ਇੰਗਲਿਸ਼ ਸੀ, ਉਰਦੂ ਵੀ ਸੀ,
ਡੋਮੀਨੇਟ ਜਿਹੜਾ ਇੰਗਲਿਸ਼ ਕਰਦੇ ਡੋਮੀਨੇਟ ਇੰਗਲਿਸ਼ ਸੋ ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਵੀ ਜਿਹੜੀ ਵੀ ਜਿਹੜਾ ਇੰਗਲਿਸ਼ ਹੈਗੀ ਹੈ ਉਹ ਸੁਪਰੀਮ ਕੋਰਟ ਹਾਈ ਕੋਰਟ ਅਤੇ ਜਿਹੜੀ ਆ ਲੋਅਰ ਕੋਰਟਸ ਦੇ ਵਿੱਚ ਜਿਹੜਾ ਹੈਗਾ ਇਹ ਕੰਟੀਨਿਊ ਰਹੇਗੀ ਐਜ਼ ਏ ਭਾਸ਼ਾ ਐਜ਼ ਏ ਜਿਹੜੀ ਜਿਸ ਦੇ ਵਿੱਚ ਕਿ ਜੱਜਮੈਂਟਸ ਦਿੱਤੀਆਂ ਜਾਣਗੀਆਂ ਉਹ ਇੰਗਲਿਸ਼ ਹੀ ਹੋਏਗੀ ਇੰਗਲਿਸ਼ ਹੀ ਹੋਏਗੀ ਅੱਛਾ ਇਹਦੇ ਵਿੱਚ ਇੱਕ ਪ੍ਰੋਵੀਜ਼ਨ ਕੀਤਾ ਗਿਆ ਔਰ ਲਾਸਟ ਜਿਹੜਾ ਪ੍ਰੋਵੀਜ਼ਨ ਕੀਤਾ ਗਿਆ ਉਹ ਹੈਗਾ 352 ਜਿਹੜੀ ਆਰਟੀਕਲ 352 ਹੈਗਾ ਕੋਨਸਟੀਟਿਊਸ਼ਨ ਦਾ ਉਹਦੇ ਵਿੱਚ ਇਹ ਕੀਤਾ ਗਿਆ ਕਿ ਜਿਹੜੀ ਕੇਂਦਰੀ ਸਰਕਾਰ ਹੈਗੀ ਆ ਉਹ ਐਫਰਟਸ ਕਰੇਗੀ ਹਿੰਦੀ ਨੂੰ ਪ੍ਰੋਪੋਗੇਟ ਕਰਨ ਲਈ ਹਿੰਦੀ ਦਾ ਪਸਾਰਾ ਕਰਨ ਲਈ ਤਾਂ ਕਿ ਇੱਕ ਕੰਪੋਜ਼ਿਟ ਕਲਚਰ ਦਾ ਇੱਕ ਐਕਸਪ੍ਰੈਸ਼ਨ ਬਣ ਜਾਵੇ ਉਹਦੇ ਪ੍ਰਗਟਾਵੇ ਦੇ ਲਈ ਇੱਕ ਭਾਸ਼ਾ ਬਣ ਜਾਵੇ ਤਾਂ ਕਿ ਜਿਹੜਾ ਕੰਪੋਜ਼ਿਟ ਜਿੱਦਾਂ ਹੁਣ ਆਪਾਂ ਨੂੰ ਇਹ ਪਤਾ ਕਿ ਆਪਾਂ ਇੱਕ ਕੰਪੋਜ਼ਿਟ ਕਲਚਰ 'ਚ ਇੰਡੀਆ 'ਚ ਰਹਿ ਰਹੇ ਹਾਂ ਡਾਈਵਰਸ ਕਲਚਰਸ ਹੈਗੇ ਹਾਂ ਉਸ ਨੂੰ ਐਕਸਪ੍ਰੈਸ ਕਰਨ ਲਈ ਉਹਨਾਂ ਨੇ 352 ਜਿਹੜੀ ਹੈ ਇੱਕ ਕਲੋਜ਼ ਆਰਟੀਕਲ ਜਿਹੜਾ ਦਿੱਤਾ ਗਿਆ ਜਿਹਦਾ ਪਰਪਸ ਸੀ ਕਿ ਜਿਹੜਾ ਉਹਨਾਂ ਨੇ ਕੇਂਦਰੀ ਸਰਕਾਰ ਦੀ ਡਿਊਟੀ ਲਗਾ ਤੀ ਕਿ ਉਹ ਵੱਖ ਵੱਖ ਟਾਈਮ ਦੇ ਉੱਤੇ ਜਿਹੜਾ ਹੈ ਹਿੰਦੀ ਨੂੰ ਪ੍ਰਮੋਟ ਕਰਨ ਲਈ ਐਫਰਟਸ ਕਰ ਹੁਣ ਇਹ ਤਾਂ ਹੋ ਗਿਆ ਕੋਨਸਟੀਟਿਊਸ਼ਨ 'ਚ ਉਹ ਤੋਂ ਬਾਅਦ ਕੀ ਹੋਇਆ ਕਿ ਅਜੇ ਆਜ਼ਾਦ ਹੋਇਆ ਹੀ ਸੀ ਹਾਂਜੀ ਸਭ ਤੋਂ ਵੱਡਾ ਜਿਹੜਾ ਇਸ਼ੂ ਕੰਟਰੀ 'ਚ ਬਣਿਆ ਉਹ ਸੀ ਕਿ ਅਸੀਂ ਜਿਹੜਾ ਦੇਸ਼ ਹੈਗਾ ਉਹ ਤਾਂ ਪੋਲੀਟੀਕਲੀ ਅਸੀਂ ਆਜ਼ਾਦ ਹੋ ਗਏ ਪਰ ਅਸੀਂ ਭਾਸ਼ਾ ਦੇ ਤੌਰ 'ਤੇ ਅੱਡ ਅੱਡ ਹਾਂ ਹੁਣ ਇਸ਼ੂ ਇਹ ਸੀ ਕਿ ਜਿੱਦਾਂ ਪੰਜਾਬ ਦੀ ਪੰਜਾਬੀ ਬੰਗਾਲ ਦੀ ਬੰਗਾਲੀ ਉਹ ਪਹਿਲਾਂ ਬੋਲੀ ਜਾਂਦੀ ਸੀ ਪਹਿਲਾਂ ਹੀ ਬੋਲੀ ਜਾਂਦੀ ਸੀ ਉਰਦੂ ਹਾਂਜੀ ਉਹ ਉਸ ਵੇਲੇ ਮਸਲਾ ਇਹ ਬਣਿਆ ਸਾਡੇ ਕੋਲ ਦੋ ਚੁਆਇਸ ਸੀ ਕਿ ਕੀ ਅਸੀਂ ਜਿਹੜੇ ਸਟੇਟ ਬਣਾਉਣੇ ਹੈਗੇ ਹੈ ਕਿਉਂਕਿ ਅੱਗੇ ਤਾਂ ਤਕਰੀਬਨ 600 ਪ੍ਰਿੰਸਲੀ ਸਟੇਟ ਅਤੇ ਅਦਰ ਜਿਹੜੇ ਬ੍ਰਿਟਿਸ਼ ਪ੍ਰੋਵਿੰਸਿਸ ਹੈਗੇ ਸੀ ਜਦੋਂ ਇੰਡੀਆ ਵਿੱਚ ਸਬ ਕੰਟੀਨੈਂਟ ਜਦੋਂ 1947 'ਚ ਇੰਡੀਪੈਂਡੈਂਸ ਐਕਟ ਆਇਆ ਉਹਦੇ ਵਿੱਚ ਸਾਰੇ ਨੂੰ ਆਜ਼ਾਦੀ ਹੋ ਗਈ ਸਾਰੇ ਜਿਹੜੀਆਂ ਭਾਵੇਂ ਪ੍ਰਿੰਸਲੀ ਸਟੇਟ ਸੀ ਭਾਵੇਂ ਬ੍ਰਿਟਿਸ਼ ਪ੍ਰੋਵਿੰਸਿਸ ਸੀ ਸਭ ਨੂੰ ਇੱਕ ਸੋਵਰਨ ਸਟੇਟ ਦਾ ਇੱਕ ਸਟੇਟਸ ਦੇ ਦਿੱਤਾ ਉਹਦੀ ਪ੍ਰਭੂ ਸੱਤਾ ਸਭ ਨੂੰ ਦੇ ਦਿੱਤੀ ਖੁਦ ਮੁਖਤਿਆਰੀ ਦੇ ਦਿੱਤੀ ਗਈ ਹੁਣ ਉਹਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਕੁਐਸਚਨ ਆਇਆ ਕਿ ਇਹ ਜਿਹੜੀਆਂ ਸਟੇਟਾਂ ਹੈਗੀਆਂ ਇਹਨਾਂ ਨੂੰ ਰੀਓਰਗਨਾਈਜ਼ ਕਿਸ ਤਰ੍ਹਾਂ ਕਰਨਾ ਚਲੋ ਇਹ ਪਹਿਲਾ ਕੁਐਸਚਨ ਆਇਆ ਹੁਣ ਜਿਹੜਾ ਦੋ ਇਸ਼ੂ ਸੀ ਇੱਕ ਤਾਂ ਸੀ ਕਿ ਉਹ ਵੀ ਦੋਵੇਂ ਇੰਸੀਡੈਂਟਲੀ ਜਵਾਨ ਨਾਲ ਜੁੜੇ ਹੋਏ ਆ ਇੱਕ ਤਾਂ ਸੀ ਕਿ ਜਵਾਨ ਨਾਲ ਵੀ ਅਸੀਂ ਖਾਂਦੇ ਕੀ ਹਾਂ ਦੈਟ ਮੀਨਸ ਕਿ ਆਪਣਾ ਕਲਚਰ ਕੀ ਹੈ ਕਲਚਰ ਦੇ ਬੇਸ ਦੇ ਉੱਤੇ ਸਾਰੇ ਜਿਹੜੀ ਆ ਦੇਸ਼ ਨੂੰ ਵੰਡ ਲਓ ਹਾਂਜੀ ਠੀਕ ਆ ਜੀ ਵੀ ਜਿੱਥੇ ਬੰਗਾਲੀ ਇੱਕੋ ਜਿਹਾ ਖਾਂਦੇ ਆ ਉਹ ਬੰਗਾਲ ਵੰਡ ਦਿਉ ਜਿੱਥੇ ਪੰਜਾਬੀ ਇਕੱਠਾ ਖਾਂਦੇ ਆ ਉਹ ਪੰਜਾਬ ਵੰਡ ਦਿਉ ਇੱਦਾਂ ਦੀ ਇੱਕ ਜਿਹੜੀ ਹੈ ਇੱਕ ਇੱਕ ਜਿਹੜੀ ਹੈ ਪ੍ਰਪੋਜ਼ਲ ਪ੍ਰਸਤਾਵ ਦਿੱਤਾ ਗਿਆ ਪਰ ਜਿਹੜਾ ਡੋਮੀਨੇਟ ਜ਼ਿਆਦਾ ਕਰ ਰਿਹਾ ਸੀ ਉਹ ਸੀ ਭਾਸ਼ਾ ਕਿ ਜਿਹੜੀ ਭਾਸ਼ਾ ਜਿੱਥੇ ਬੋਲੀ ਜਾਂਦੀ ਹੈਗੀ ਆ ਉਹਦੇ ਮੁਤਾਬਕ ਜਿਹੜੀ ਹੈ ਰੀਓਰਗਨਾਈਜੇਸ਼ਨ ਆਫ ਦੀ ਸਟੇਟਸ ਕਰ ਦਿਓ ਸੋ ਇਹਦਾ ਮਤਲਬ ਇਹ ਕੀ ਹੋਇਆ ਕਿ ਉਸ ਵੇਲੇ ਤੋਂ ਹੀ ਜਦੋਂ ਤੋਂ ਅਸੀਂ ਆਜ਼ਾਦ ਹੋਇਆ ਰੀਜਨ ਦੇ ਨਾਲ ਜਿਹੜੀਆਂ ਭਾਸ਼ਾਵਾਂ ਜੁੜ ਗਈਆਂ ਸਾਰੇ ਜਿਹੜੇ ਰੀਜਨ ਹੈ ਉਹਦੀ ਜਿਹੜੀ ਸ਼ਨਾਖਤ ਹੈਗੀ ਹੈ ਉਹਦੀ ਜਿਹੜੀ ਆਈਡੈਂਟੀ ਹੈਗੀ ਹੈ ਉਹ ਉਸ ਰੀਜਨ ਨਾਲ ਜੁੜ ਗਈ ਜਿੱਦਾਂ ਹੁਣ ਆਪਾਂ ਕਹਿੰਦੇ ਹਾਂ ਦੇਖੋ ਇਸ ਵੇਲੇ 44% ਜਿਹੜੇ ਲੋਕ ਹੈ ਇੰਡੀਆ ਦੇ ਵਿੱਚ ਹਿੰਦੀ ਬੋਲਦੇ ਹੈ ਉਹ ਇਸ ਕਰਕੇ ਬੋਲਦੇ ਹਾਂ ਕਿਉਂਕਿ ਜਿਹੜਾ ਸੈਂਟਰਲ ਪਾਰਟ ਹੈਗਾ ਜਿਹਨੂੰ ਹਿੰਦੀ ਬੈਲਟ ਕਹਿੰਦੇ ਹੈਗੇ ਆ ਉਹ ਡੋਮੀਨੇਟ ਕਰਦਾ ਆਪਣੇ ਕੋਲ ਤਿੰਨ ਕਿਸਮ ਦੇ ਜਿਹੜੇ ਹੈਗੇ ਆ ਭਾਸ਼ਾ ਦੇ ਜਿਹੜੇ ਹੈਗੇ ਆ ਰੇਂਜਿਸ ਹੈ ਜ਼ੋਨਸ ਹੈਗੇ ਆ ਇੱਕ ਤਾਂ ਇੰਡੋ ਆਰੀਅਨ ਹੈਗੀ ਹੈ ਜਿਹਨੂੰ ਆਪਾਂ ਹਿੰਦੀ ਬੈਲਟ ਕਰਦੇ ਹਾਂ ਉਹ ਤਕਰੀਬਨ ਤੁਸੀਂ ਲਾ ਲਓ ਵੀ 78% ਦੇ ਕਰੀਬ ਉੱਥੇ ਲੋਕ ਹਿੰਦੀ ਬੋਲਦੇ ਆ ਥੱਲੇ ਵਾਲੇ ਪਾਸੇ ਤੁਸੀਂ ਜਾਂਦੇ ਆ ਜਿਹਨੂੰ ਦਰਾਵਿਡੀਅਨ ਕਹਿੰਦੇ ਹੈਗੇ ਆ ਉਹ ਤਕਰੀਬਨ 19% ਬੋਲਦੇ ਆ ਉਹ ਤੁਸੀਂ ਨੌਰਥ ਈਸਟ ਵੱਲ ਚਲੇ ਜਾਓ 2-2.5% ਉਹ ਜਿਹੜੇ ਆ ਲੋਕ ਬੋਲਦੇ ਆ ਸੋ ਇਸ ਤਰੀਕੇ ਨਾਲ ਜਿਹੜੀ ਭਾਸ਼ਾ ਹੈਗੀ ਆ ਹਾਂ ਇਹਦੇ ਨਾਲ ਇੱਕ ਹੋਰ ਹੈਗਾ ਸੀ ਕਿ ਉਸ ਵੇਲੇ ਜਿਹੜੀ ਭਾਸ਼ਾ ਹੈਗੀ ਹੈ ਇੰਡੀਪੈਂਡੈਂਸ ਤੋਂ ਪਹਿਲਾਂ ਜਿਹੜੀ ਭਾਸ਼ਾ ਹੈ ਉਹਦੀ ਜਿਹੜੀ ਕੰਟਰੈਕਟ ਭਾਸ਼ਾ ਜਿਹਨੂੰ ਕੰਟੈਕਟ ਭਾਸ਼ਾ ਕਹਿੰਦੇ ਵੀ ਆਪਾਂ ਇੱਕ ਦੂਜੇ ਨਾਲ ਸੰਪਰਕ ਕਿੱਦਾਂ ਕਰਨਾ ਉਹ ਦੋ ਸੀ ਇੱਕ ਤਾਂ ਇੰਗਲਿਸ਼ ਸੀ ਇੱਕ ਪਰਸ਼ੀਅਨ ਸੀ ਜਦੋਂ ਇੰਡੀਪੈਂਡੈਂਸ ਹੋਈ ਤਾਂ ਦੋ ਭਾਸ਼ਾਵਾਂ ਜਿਹੜੀਆਂ ਸੀ ਉਹ ਡੋਮੀਨੇਟ ਕਰਨ ਲੱਗ ਗਈਆਂ ਆਪਾਂ ਹਿੰਦੀ ਨਾਲ ਇੰਟਰੋਡਿਊਸ ਕਰਤੀ ਅਲੋਂਗ ਵਿਦ ਇੰਗਲਿਸ਼ ਠੀਕ ਹੈ ਜੀ ਸੋ ਉਹਦੇ ਵਿੱਚ ਇਹ ਹੋਇਆ ਕਿ ਦੋ ਭਾਸ਼ਾਵਾਂ ਜਿਹੜੀਆਂ ਹੈਗੀਆਂ ਕੰਟੈਕਟ ਦੇ ਲਈ ਬਣ ਗਈਆਂ ਪਰ ਇਹਦੇ ਵਿੱਚ ਇੱਕ ਹੋਰ ਵੀ ਹੈ ਕਿ ਜਦੋਂ ਆਪਾਂ ਇੰਡੋ ਆਰੀਅਨਸ ਦੀ ਗੱਲ ਕਰਦੇ ਹਾਂ ਜਦੋਂ ਆਪਾਂ ਜਿਹੜੀਆਂ ਥੱਲੇ ਦਰਵੇੜੀਅਨਸ ਦੀ ਗੱਲ ਕਰਦੇ ਹਾਂ ਤਾਂ ਦਰਵੇੜੀਅਨਸ ਦੇ ਵਿੱਚ ਇਹ ਇੱਕ ਤਰ੍ਹਾਂ ਦੀ ਇੱਕ ਰੈਜ਼ਿਸਟੈਂਸ ਸੀ ਉਹ ਕਹਿੰਦੇ ਸੀ ਕਿ ਅਸੀਂ ਕਿਸੇ ਵੀ ਪੱਧਰ ਦੇ ਉੱਤੇ ਜਿਹੜੀ ਨੌਰਥ ਦੀ ਭਾਸ਼ਾ ਹੈਗੀ ਹੈ ਜਿਹੜੀ ਹਿੰਦੀ ਹੈ ਉਹਨੂੰ ਅਸੀਂ ਸਵੀਕਾਰ ਕਰਨ ਨੂੰ ਤਿਆਰ ਨਹੀਂ ਹਾਂ ਉਹ ਇੱਕ ਬੜਾ ਵੱਡਾ ਇੱਕ ਚਰਚਾ ਹੈ ਦੇਖੋ ਭਾਰਤ ਨੂੰ ਇਸ ਇਸ਼ੂ ਦੇ ਉੱਤੇ ਦੋ ਹਿੱਸਿਆਂ 'ਚ ਵੰਡਿਆ ਜਾਂਦਾ ਵੱਡਿਆ ਕਿੱਥੇ ਜਾਂਦਾ ਵੀ ਇਹ ਨੌਰਥ ਹੈ ਇਹ ਸਾਊਥ ਹੈ ਨੌਰਥ ਕਹਿੰਦਾ ਸੀ ਕਿ ਮੈਂ ਹਿੰਦੀ ਡੋਮੀਨੇਟ ਕਰਨੀ ਹੈ ਸਾਊਥ ਕਹਿੰਦਾ ਸੀ ਕੁਛ ਮਰਜ਼ੀ ਹੋ ਜੇ ਅਸੀਂ ਹਿੰਦੀ ਨਹੀਂ ਬੋਲਣੀ ਅਸੀਂ ਉਹ ਜਿੱਦਾਂ ਕਹਿੰਦੇ ਵੀ ਇੱਕ ਪੰਜਾਬੀ 'ਚ ਕਹਾਣੀ ਕਿ ਜੇਠ ਭਾਵੇਂ ਆਪਣੇ
ਛੜੇ ਜੇਠ ਨੂੰ ਪਤਾ ਨਹੀਂ ਕੀ ਲੱਸੀ ਨਹੀਂ ਪੈਣੀ ਇਦਾਂ ਦਾ ਹੈਗਾ ਮਤਲਬ ਆਪਾਂ ਕਹਿ ਨਹੀਂ ਸਕਦੇ ਹਾਂ ਚਲੋ ਉਹ ਵੀ ਮਤਲਬ ਵਰਚੁਅਲੀ ਉਹ ਗੱਲ ਸੀ ਵੀ ਉਹ ਕਹਿੰਦੇ ਸੀ ਵੀ ਅਸੀਂ ਜਾਨੀ ਕਹਿੰਦੇ ਕੋਈ ਬਾਹਰਲੀ ਭਾਸ਼ਾ ਬੋਲ ਸਕਦੇ ਨਾ ਉਹ ਕਰਨਾ ਤੇ ਨਾ ਕਰਨ ਦੇਣਾ ਵੀ ਬਾਹਰਲੀ ਭਾਸ਼ਾ ਤਾਂ ਅਸੀਂ ਬੋਲ ਸਕਦੇ ਹਾਂ ਪਰ ਅਸੀਂ ਹਿੰਦੀ ਨਹੀਂ ਬੋਲਦੇ ਪੰਜਾਬੀ ਭਾਸ਼ਾ ਅਸੀਂ ਕਿਦਾਂ ਆਈ ਮੈਂ 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 ਦੱਸਦਾ ਜੀ ਉਹਦੇ 'ਚ ਕੀ ਹੋਇਆ ਕਿ ਜੇ ਅਸੀਂ ਇਹਦੀਆਂ ਰੂਟਸ ਦੇਖੀਏ ਤਾਂ ਇਹਨਾਂ ਦੀ ਜਿਹੜੀ ਐਕਚੁਅਲ ਲੜਾਈ ਚੱਲ ਰਹੀ ਹੈ ਉਹ ਚੱਲੀ ਹੈ ਜਦੋਂ ਆਰੀਅਨਸ ਆਏ ਆਰੀਅਨਸ ਨਾਲ ਹਿੰਦੂਇਜ਼ਮ ਨੇ ਆਪਣੇ ਨੂੰ ਅਲਾਈਨ ਕਰ ਲਿਆ ਕਿ ਜਿਹੜੇ ਆਰੀਅਨ ਸੀ ਬੇਸਿਕਲੀ ਅਸੀਂ ਸੀ ਅਸੀਂ ਦ੍ਰਾਵਿਡਸ ਨੂੰ ਭਜਾ ਕੇ ਜਿਹੜਾ ਸਾਊਥ ਵਿੱਚ ਭੇਜਤਾ ਅਸੀਂ ਡੋਮੀਨੇਟ ਕਰਦੇ ਹਾਂ ਕਿਉਂਕਿ ਅਸੀਂ ਸਾਡਾ ਸਾਡਾ ਜਿਹੜਾ ਰੰਗ ਹੈ ਉਹ ਇਹਦੇ ਨਾਲ ਬੈਟਰ ਹੈ ਸਾਡਾ ਕਲਚਰ ਬੈਟਰ ਹੈ ਠੀਕ ਹੈ ਸਾਡੀ ਬੋਲੀ ਉਹਨਾਂ ਨਾਲ ਬੈਟਰ ਹੈ ਠੀਕ ਹੈ ਇਸ ਕਰਕੇ ਕਿਤੇ ਨਾ ਕਿਤੇ ਇਹਨਾਂ ਨੇ ਜਿਹੜੀ ਲੋਅਰ ਕਾਸਟ ਹੈ ਉਹਨਾਂ ਨੂੰ ਉਹਨਾਂ ਦਾ ਰੰਗ ਜਿਹੜਾ ਸਾਵਲਾ ਹੋਣ ਕਰਕੇ ਉਹਦੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਜਦੋਂ ਉਹਦਾ ਰਿਜ਼ਲਟ ਕੀ ਹੈ ਕਿ ਇਹਦੀ ਇੱਕ ਜਿਹੜੀ ਸਭ ਤੋਂ ਵੱਡੀ ਮੈਨੀਫੈਸਟੇਸ਼ਨ ਹੈ ਜੋ ਮਤਲਬ ਜਿਹੜੇ ਭਾਸ਼ਾ ਵਿਗਿਆਨੀ ਜਦੋਂ ਇਸ ਐਂਗਲ ਤੋਂ ਉਹਨੂੰ ਜਿਹੜੇ ਰਮਾਇਣ ਨੂੰ ਸਟੱਡੀ ਕਰਦੇ ਆ ਮਹਾਭਾਰਤ ਨੂੰ ਸਟੱਡੀ ਕਰਦੇ ਆ ਉਹ ਕਹਿੰਦੇ ਜਿਹੜੀ ਰਮਾਇਣ ਸੀ ਬੇਸਿਕਲੀ ਇਹ ਸਾਊਥ ਅਤੇ ਨੌਰਥ ਦੀ ਲੜਾਈ ਸੀ ਬੇਸਿਕਲੀ ਰਾਵਣ ਜਿਹੜਾ ਸੀ ਉਹ ਜਿਹੜਾ ਹੈ ਸਾਊਥ ਨੂੰ ਰਿਪ੍ਰੈਜੈਂਟ ਕਰ ਰਿਹਾ ਸੀ ਜਿਹੜਾ ਰਾਮ ਸੀ ਉਹ ਨੌਰਥ ਨੂੰ ਰਿਪ੍ਰੈਜੈਂਟ ਕਰ ਰਿਹਾ ਸੀ ਔਰ ਅਲਟੀਮੇਟਲੀ ਆਪਾਂ ਨੂੰ ਪਤਾ ਵੀ ਕੌਣ ਜਿੱਤਿਆ ਇਹਦੇ ਯੂਨੋ ਸੋ ਇਹ ਇੱਕ ਜਿਹੜਾ ਜਦੋਂ ਤੁਸੀਂ ਇੱਕ ਕਲਾਸਿਕ ਜਿਹੜਾ ਕੋਈ ਲਿਟਰੇਚਰ ਲਿਖਿਆ ਜਾਂਦਾ ਜਿਹੜੀ ਐਪਿਕਸ ਲਿਖੀਆਂ ਜਾਂਦੀਆਂ ਉਹਦੇ ਵਿੱਚ ਜਿਹੜੀਆਂ ਜਿਹੜੀਆਂ ਅੰਡਰ ਕਰੰਟਸ ਜਿਹੜੀਆਂ ਚੱਲ ਰਹੀਆਂ ਹੁੰਦੀਆਂ ਉਸ ਵੇਲੇ ਉਸ ਟਾਈਮ ਦੀਆਂ ਉਹ ਕਿਤੇ ਨਾ ਕਿਤੇ ਛਾ ਰਹੀਆਂ ਹੁੰਦੀਆਂ ਔਰ ਉਹ ਜਿਹੜੀ ਲੜਾਈ ਹੈਗੀ ਹੈ ਉਹ ਇਕੱਲੀ ਇੱਥੇ ਨਹੀਂ ਖਤਮ ਹੋਈ ਮਹਾਭਾਰਤ ਨਹੀਂ ਖਤਮ ਹੋਈ ਬਾਅਦ ਦੇ ਵਿੱਚ ਵੀ ਜਿਹੜੀ ਇਹ ਲੜਾਈ ਹੈਗੀ ਇਹ ਕੈਰੀ ਔਨ ਰਹੀ ਸਾਡਾ ਜਿਹੜਾ ਅਜੇ ਵੀ ਜਿਹੜਾ ਵਿਤਕਰਾ ਹੈਗਾ ਜਿਹੜਾ ਜਿਹੜਾ ਡਿਫਰੈਂਸਿਸ ਹੈਗੇ ਆ ਉਹ ਸਾਊਥ ਦੇ ਨਾਲ ਲੈਂਗੁਏਜ ਦੇ ਇਸ਼ੂ ਤੇ ਅਜੇ ਵੀ ਪਹਿਲਾਂ ਦੀ ਤਰ੍ਹਾਂ ਸਟੈਂਡ ਕਰਦੇ ਆ ਇੱਕ ਦਿਨ ਮੈਂ ਕਰ ਲੱਗਾ ਵੇਖੋ ਤਾਂ ਆਪਾਂ ਹਿੰਦੀ ਦੀ ਗੱਲ ਕੀਤੀ ਸਾਊਥ ਦੀ ਨੌਰਥ ਦੀ ਕੀਤੀ ਗੱਲ ਵਿੱਚ ਸੰਸਕ੍ਰਿਤ ਆ ਜਾਂਦੀ ਹੈ ਹਾਂਜੀ ਹਾਂਜੀ ਹੁਣ ਜਿੰਨੇ ਵੀ ਗ੍ਰੰਥ ਨੇ ਸਾਡੇ ਸਨਾਤਨ ਨੇ ਉਹ ਲਿਖੇ ਗਏ ਸੰਸਕ੍ਰਿਤ ਦੇ ਵਿੱਚ ਜਦ ਕੇ ਸੰਸਕ੍ਰਿਤ ਪੁਰਾਣੇ ਆ ਗ੍ਰੰਥ ਸਾਹਿਬ ਸੰਸਕ੍ਰਿਤ ਨਹੀਂ ਨਹੀਂ ਤੁਸੀਂ ਦੇਖਿਆ ਜਾਵੇ ਸੁਹਾਜ ਜੀ ਉਹ ਦੇਵਨਾਗਰੀ ਸੀ ਹਾਂ ਉਹ ਆਮ ਗ੍ਰੰਥ ਸਾਹਿਬ ਨੂੰ ਨਹੀਂ ਪੜਿਆ ਜਾਂਦਾ ਮੈਂ ਦੱਸਦਾ ਜੀ ਮੈਂ ਉਸ ਸੰਸਕ੍ਰਿਤ ਤੇ ਜਦ ਕੇ ਸੰਸਕ੍ਰਿਤ ਭਾਸ਼ਾ ਜਿਹੜੀ ਸੀ ਆਮ ਲੋਕਾਂ ਦੀ ਭਾਸ਼ਾ ਨਹੀਂ ਸੀ ਉਹ ਮੈਂ ਦੱਸਦਾ ਜੀ ਕਿਉਂਕਿ ਜਿਤਨਾ ਪੰਜਾਬ ਵਿੱਚ ਪੰਜਾਬੀ ਬੋਲਦੇ ਦੋ ਚੀਜ਼ਾਂ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਉਹ ਹੈਗਾ ਕਿ ਜਦੋਂ ਇਹ ਆਪਣੀ 1993 ਦੇ ਵਿੱਚ ਸੌਰੀ 53 'ਚ 53-56 ਦੇ ਵਿੱਚ ਜਦੋਂ ਇਹ ਮੂਵਮੈਂਟ ਚੱਲੀ ਰੀਆਰਗਨਾਈਜੇਸ਼ਨ ਦੀ 56 'ਚ ਤਾਂ ਸਾਰੇ ਔਰਗਨਾਈਜ਼ ਕਰ ਹੀ ਦਿੱਤੇ ਲੈਂਗੁਏਜ ਦੇ ਬੇਸ 'ਤੇ ਉਦੋਂ ਜਦੋਂ ਇਹ ਮੂਵਮੈਂਟਸ ਚੱਲ ਰਹੀਆਂ ਸੀ ਤਾਂ ਕਿਤੇ ਨਾ ਕਿਤੇ ਇਹਨਾਂ ਮੂਵਮੈਂਟਸ ਦੇ ਵਿੱਚ ਜਿਹੜੀ ਧਰਮ ਦੀ ਕਲਰਿੰਗ ਹੈ ਧਰਮ ਦਾ ਜਿਹੜਾ ਇੱਕ ਟਿੰਚ ਹੈਗੀ ਹੈ ਫਲੇਵਰ ਹੈ ਉਹ ਸ਼ੁਰੂ ਹੋ ਗਈ ਸੀ ਔਰ ਕਿਤੇ ਨਾ ਕਿਤੇ ਇਹ ਮੰਨਿਆ ਜਾਣ ਲੱਗ ਗਿਆ ਸੀ ਕਿ ਜਿਹੜੇ ਜਿਹੜਾ ਵੀ ਕੋਈ ਜਿੱਦਾਂ ਹੁਣ ਪੰਜਾਬੀ ਹੈ ਪੰਜਾਬੀ ਨੂੰ ਇਹ ਲੱਗਣ ਲੱਗ ਗਿਆ ਸੀ ਕਿ ਜੇ ਮੈਂ ਪੰਜਾਬੀ ਨਾਲ ਨਾ ਜੁੜਿਆ ਤਾਂ ਜਿਹੜਾ ਮੇਰਾ ਗੁਰੂ ਗ੍ਰੰਥ ਸਾਹਿਬ ਹੈ ਉਹਦੇ ਪੱਠ ਕੌਣ ਰਹਿਣਗੇ ਇੱਦਾਂ ਹੀ ਬਾਕੀ ਜਿਹੜੇ ਧਰਮ ਸੀ ਉਹਨਾਂ ਨੂੰ ਰਾਮ ਨਾਲ ਲੱਗ ਗਿਆ ਤੁਹਾਨੂੰ ਜੁੜ ਕੇ ਤੇ ਗ੍ਰੰਥ ਸਾਹਿਬ ਵਾਲਿਆਂ ਨੂੰ ਰਾਮ ਨਾਲ ਜੁੜ ਕੇ ਕਿ ਅਸੀਂ ਇਸ ਦਾ ਜਿਹੜਾ ਹੈਗਾ ਇਹ ਕਿਸ ਤਰ੍ਹਾਂ ਕਰਾਂਗੇ ਕਿ ਅਸੀਂ ਹਾਲਾਂਕਿ ਜੇ ਤੁਸੀਂ ਪੰਜਾਬੀ ਦੀ ਗੱਲ ਕਰਦੇ ਹੋ ਤਾਂ ਵਹੀਰ ਵਾਰਿਸ ਸ਼ਾਹ ਫਿਰ ਕਿਹਨੇ ਪੜ੍ਹਨੀ ਹੈ ਇਹ ਤਾਂ ਆਪਾਂ ਧਰਮ ਦੀ ਗੱਲ ਕਰ ਰਹੇ ਹਾਂ ਕਿ ਧਰਮ ਦੀ ਤੇ ਬਾਬਾ ਫਰੀਦ ਕਿਹਨੇ ਪੜ੍ਹਨਾ ਠੀਕ ਆ ਹਾਸ਼ਿਮ ਕਿਹਨੇ ਪੜ੍ਹਨਾ ਬੜੇ ਬੜੇ ਔਥਰਸ ਹੈਗੇ ਆ ਜਿਹੜੇ ਕਿ ਅੱਜ ਵੀ ਬੈਠੇ ਆ ਅੱਜ ਵੀ ਜਿਹੜੀ ਗੱਲ ਹੈਗੀ ਆ ਉਹ ਚੱਲਦੀ ਪਈ ਹੈ ਮੈਂ ਇਹ ਕਹਿੰਦਾ ਹੈਗਾ ਕਿ ਇਕੱਲਾ ਆਪਾਂ ਇਹ ਤਾਂ ਕਹਿੰਦੇ ਨੇ ਕਿ ਉਹ ਭਾਸ਼ਾ ਨੂੰ ਜਿਹੜਾ ਹੈ ਧਰਮ ਗ੍ਰੰਥਾਂ ਦੇ ਨਾਲ ਜੋੜੇਗਾ ਪਰ ਮੈਂ ਕਹਿੰਦਾ ਇਕੱਲਾ ਇਹ ਧਰਮ ਗ੍ਰੰਥ ਨਹੀਂ ਹੈ ਬਾਕੀ ਦੇ ਗ੍ਰੰਥ ਵੀ ਹੈ ਜਿਹੜੇ ਕਿ ਤੁਸੀਂ ਪੰਜਾਬੀ ਦੇ ਵਿੱਚ ਪੜ੍ਹਦੇ ਹੋ ਇਸੇ ਤਰੀਕੇ ਨਾਲ ਬਾਕੀ ਭਾਸ਼ਾਵਾਂ ਦਾ ਹੈਗਾ ਕਿ ਉਹਨਾਂ ਨੇ ਉਹ ਇਕੱਲਾ ਧਰਮ ਗ੍ਰੰਥ ਨਹੀਂ ਪੜ੍ਹਨੇ ਪਰ ਅਨਫੋਰਚੁਨੇਟਲੀ ਇਹ ਜਿਹੜਾ ਗੱਲ ਹੈਗੀ ਹੈ ਉਹ ਚੰਗੀ ਨਹੀਂ ਹੋਈ ਕਿ ਜਦੋਂ ਕਿ ਇਹਨਾਂ ਨੂੰ ਧਰਮ ਦੇ ਬੇਸ ਦੇ ਉੱਤੇ ਭਾਸ਼ਾ ਨੂੰ ਜੋੜ ਦਿੱਤਾ ਗਿਆ ਜਿਸ ਤਰ੍ਹਾਂ ਫਿਰ ਪੰਜਾਬੀ ਭਾਸ਼ਾ ਕਿੱਦਾਂ ਸ਼ੁਰੂ ਹੋਈ ਆ ਫਿਰ ਦੇਖੋ ਇਹਦੇ ਵਿੱਚ ਫਿਰ ਇੱਕ ਹੋਰ ਕ੍ਰਾਈਸਿਸ ਬਣਿਆ ਕਿਉਂਕਿ ਆਪਾਂ ਹੁਣ ਪੰਜਾਬੀ ਹੁਣ ਜਦੋਂ ਤੁਸੀਂ ਪੰਜਾਬੀ ਦੀ ਗੱਲ ਕੀਤੀ ਜਦੋਂ ਸਾਰਾ ਦੇਸ਼ ਜਿਹੜਾ ਹੈਗਾ 1956 ਦੇ ਵਿੱਚ ਭਾਸ਼ਾ ਦੇ ਬੇਸ ਤੇ ਰੀਆਰਗਨਾਈਜ਼ ਹੋ ਗਿਆ ਜਦੋਂ ਪੰਜਾਬੀ ਗਵਰਨਮੈਂਟ ਆਫ ਇੰਡੀਆ ਕੋਲ ਗਏ ਕਿ ਜੀ ਸਾਨੂੰ ਵੀ ਜਿਹੜਾ ਸਟੇਟਸ ਦੇ ਦਿੱਤਾ ਤਾਂ ਇਹਨਾਂ ਨੂੰ ਕਿਹਾ ਗਿਆ ਵੀ ਇੱਕ ਤਰ੍ਹਾਂ ਪ੍ਰੋਵਿੰਸ ਆਪਣਾ ਪੰਜਾਬ ਹੋ ਗਿਆ ਹਾਂ ਵੀ ਉਹਨਾਂ ਨੇ ਕਿਹਾ ਕਿ ਨਹੀਂ ਨਹੀਂ ਯਾਰ ਇਹ ਤੁਹਾਡੀ ਜਿਹੜੀ ਵਿਆਕਰਨ ਹੈ ਤੇ ਹਿੰਦੀ ਜਿਹੜੀ ਵਿਆਕਰਨ ਥੋੜੀ ਜੀ ਮੈਂ ਦੱਸ ਲਵਾਂ ਉਹਦੇ 'ਚ ਕੋਈ ਬੜਾ ਫਰਕ ਨਹੀਂ ਹੈਗਾ ਨਾ ਹੀ ਤੁਸੀਂ ਪ੍ਰੋਪਰਲੀ ਸਾਨੂੰ ਰਿਪ੍ਰੈਜੈਂਟ ਕੀਤਾ ਸੋ ਦੇਅਰ ਕੇਸ ਵਾਸ ਰਿਜੈਕਟਡ ਔਰ ਉਸ ਗੱਲ ਦੇ ਲਈ ਇਹਨਾਂ ਨੂੰ ਕਿੰਨੇ ਹੀ ਸਾਲ ਜਿਹੜੀ ਹੈਗੀ ਹੈ ਇੱਕ ਸਟਰਗਲ ਚਲਾਉਣੀ ਪਈ ਪੰਜਾਬੀ ਸੂਬਾ ਦੀ ਜਿਹੜੀ ਕਿ 1966 ਦੇ ਵਿੱਚ ਠੀਕ ਹੈ ਜਦੋਂ ਇਹ ਪੰਜਾਬੀ ਸੂਬਾ ਬਣ ਗਿਆ ਠੀਕ ਹੈ ਜੀ ਉਦੋਂ ਜਾ ਕੇ ਖਤਮ ਹੋਈ ਮੈਂ ਦੱਸਣ ਲੱਗਾ ਤੁਹਾਨੂੰ ਵੀ ਉੱਥੋਂ ਜਦੋਂ ਤੁਸੀਂ ਗੱਲ ਕੀਤੀ ਨਾ 53-54 ਜੀ ਜਦੋਂ ਭਾਸ਼ਾ ਆਧਾਰ 'ਤੇ ਔਰਗਨਾਈਜੇਸ਼ਨ ਸ਼ੁਰੂ ਹੋਈਆਂ ਮਤਲਬ ਸਾਰਾ
ਰੀਯੂਨਾਈਟ ਕੀਤਾ ਲੈਂਗੁਏਜ ਬੇਸ ਉੱਤੇ ਸਾਰੇ ਸਟੇਟਸ ਨੂੰ। ਉਸ ਤੋਂ ਬਾਅਦ ਜਦੋਂ ਪੰਜਾਬ ਜੋ ਪੰਜਾਬ ਨੂੰ ਦਿਆ ਕੇਸ ਨੂੰ ਰਿਜੈਕਟ ਕੀਤਾ ਗਿਆ ਕਿਉਂਕਿ ਪ੍ਰੋਮਿਸ ਕੀਤੇ ਕਿਉਂਕਿ ਪੰਜਾਬੀ ਜਿਹੜੇ ਸੀ ਉਹਨਾਂ ਦਾ ਆਪਣਾ ਰਾਜ ਸੀ ਉਹਨਾਂ ਦੇ ਮਹਾਰਾਜੀ ਸਿੰਘ ਵੇਲੇ ਉਹ ਅੰਗਰੇਜ਼ਾਂ ਦੀ ਕੌਂਸਪੀਰੇਸੀ ਜਾਂ ਆਪਣੇ ਲੋਕਾਂ ਦੀ ਕੌਂਸਪੀਰੇਸੀ ਵਜ੍ਹਾ ਨਾਲ ਉਹ ਖੁੱਸ ਗਿਆ ਸੀ ਇੱਕ ਬੜਾ ਇੱਕ ਆਪਣੀ ਸਟੇਟ ਸੀ ਉਹਨਾਂ ਦੀ ਠੀਕ ਹੈ ਉਹਦੇ ਵਿੱਚ ਸਿੱਖ ਡੋਮੀਨੇਟਿੰਗ ਸਿੱਖ ਸਟੇਟ ਕਹਿ ਲਓ ਜਾਂ ਪੰਜਾਬੀ ਸਟੇਟ ਕਹਿ ਲਓ ਕੁਛ ਵੀ ਕਹਿ ਸਕਦੇ ਤੁਸੀਂ ਸੈਕੂਲਰ ਸਟੇਟ ਸੀ ਕਿਸਮ ਦਾ ਉਹ। ਉਸ ਤੋਂ ਬਾਅਦ ਜੋ ਪੰਜਾਬੀਆਂ ਨੂੰ ਇੱਕ ਤਾਂ ਬੜਾ ਵੱਡਾ ਝਟਕਾ ਵੱਜਾ ਜਦੋਂ 1947 ਦਾ ਪਾਰਟੀਸ਼ਨ ਹੋਈ ਉਹਨਾਂ ਦਾ ਪੰਜਾਬ ਪੰਜਾਬੀ ਬੋਲਦੇ ਇਲਾਕੇ ਜਿੰਨੇ ਸੀ ਪਰਲੀ ਪੰਜਾਬੀ ਸੱਭਿਅਤਾ ਸਾਰੀ ਉੱਧਰ ਉੱਧਰ ਰਹਿ ਗਈ ਇੱਧਰ ਕੁਛ ਹਿੱਸਾ ਜਿਹੜਾ ਸੀ ਇਹ ਇੱਧਰ ਆ ਗਿਆ ਅਤੇ ਔਰ ਉੱਧਰੋਂ ਮਾਈਗ੍ਰੇਟ ਹੋ ਗਏ ਲੋਕ ਆ ਗਏ ਪੰਜਾਬੀ ਜਿਹੜੇ ਇੱਧਰ ਦੇ ਬਹੁਤ ਮੁਸਲਿਮ ਏਰੀਆ ਸੀ ਉਹ ਸਾਰਾ ਉੱਧਰ ਲੋਕ ਚਲਾ ਗਿਆ। ਲੇਕਿਨ ਉੱਥੋਂ ਪੰਜਾਬੀਆਂ ਨੂੰ ਜਦੋਂ ਆਪਣੀ ਵੀ ਸਾਡੀ ਤਾਂ ਭਾਸ਼ਾ ਵੀ ਆਪਣੀ ਨਹੀਂ ਔਰ ਸੈਂਟਰ ਗੌਰਮੈਂਟ ਨੇ ਰਿਜੈਕਟ ਕਰਤਾ ਉਸ ਤੋਂ ਇਹ ਪੰਜਾਬੀ ਸੂਬੇ ਦੀ ਮੂਵਮੈਂਟ ਚੱਲੀ ਮਾਸਟਰ ਤਾਰਾ ਸਿੰਘ ਵਗੈਰਾ ਦੇ ਲੀਡਰਸ਼ਿਪ ਦੇ ਅੰਡਰ। ਉੱਥੇ ਬਦਕਿਸਮਤੀ ਸਾਡੇ ਪੰਜਾਬ ਦੀ ਕਹਿ ਲਓ ਜਾਂ ਪੰਜਾਬ ਦੇ ਲੋਕਾਂ ਦੀ ਕਹਿ ਲਓ ਵੀ ਉਦੋਂ ਕਲਰਿੰਗ ਧਰਮ ਦੀ ਕਲਰਿੰਗ ਹੋ ਗਈ ਜਿਹੜੇ BJP ਵਾਲੇ ਇਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਪੰਜਾਬ ਦੇ ਵਿੱਚ ਵੀ ਸਾਡੀ ਮਾਤਰੀ ਭਾਸ਼ਾ ਜਿਹੜੀ ਆ ਉਹ ਲੋਕਾਂ ਨੂੰ ਹਿੰਦੂਆਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਜਿੱਥੇ ਕਿੱਥੇ ਰਿਫਟ ਪੈਦਾ ਹੁੰਦੀ ਹੈ ਵੀ ਤੁਹਾਡੀ ਆਪਣੀ ਮਾਤਰੀ ਭਾਸ਼ਾ ਹਿੰਦੀ ਲਿਖਾਓ। ਅਤੇ ਉਦੋਂ ਜਿਹੜੇ ਆਮ ਪਿੰਡਾਂ ਦੀ ਡੋਮੀਨੇਟਿੰਗ ਸੱਭਿਅਤਾ ਸਿੱਖ ਪੰਜਾਬੀ ਪੰਜਾਬ ਜਿਹੜਾ ਵਿੱਚ ਕੋਈ ਸ਼ੱਕ ਨਹੀਂ ਸਿੱਖ ਡੋਮੀਨੇਟਿੰਗ ਸਟੇਟ ਹੈ ਠੀਕ ਹੈ ਉੱਥੇ ਪੰਜਾਬੀ ਸੂਬਾ ਉਹਨਾਂ ਕਹਿੰਦੇ ਸਾਡੀ ਭਾਸ਼ਾ ਜਿਹੜੀ ਹੈ ਪੰਜਾਬੀ ਲਿਖਾਓ। ਉਹਦੇ ਵਿੱਚ ਬੜਾ ਵੱਡੀ ਕੌਂਸੀ ਕਈ ਏਜੰਸੀਆਂ ਸਨ ਕੀ ਨਹੀਂ ਸੀ ਧਾਰਮਿਕ ਏਜੰਸੀਆਂ ਸਨ ਜਾਂ RSS ਦਾ ਜਾਂ ਕੀ ਸੀ ਉਹ ਇੱਕ ਕਲਰਿੰਗ ਹੋ ਗਈ ਧਾਰਮਿਕ ਵੀ ਇਹ ਜਿਹੜੀ ਭਾਸ਼ਾ ਪੰਜਾਬੀ ਭਾਸ਼ਾ ਇਹ ਸਿੱਖਾਂ ਦੀ ਭਾਸ਼ਾ ਹੈ ਅਤੇ ਜਿਹੜੀ ਹਿੰਦੀ ਭਾਸ਼ਾ ਇਹ ਹਿੰਦੂਆਂ ਦੀ ਭਾਸ਼ਾ। ਉਦੋਂ ਆਪੋ 'ਚ ਇੱਕ ਨਫ਼ਰਤ ਦਾ ਜਿਹੜਾ ਬੀਜ ਹੈ ਨਾ ਉਹ ਵੀ ਬੋਝਿਆ ਗਿਆ ਪਿੰਡਾਂ 'ਚ ਈਵਨ ਕਿ BJP ਵਾਲੇ RSS ਵਾਲੇ ਪ੍ਰਚਾਰ ਕਰਨ ਜਾਂਦੇ ਹੁੰਦੇ ਸੀ ਮੈਂ ਪਹਿਲਾਂ ਵੀ ਇੱਕ ਐਪੀਸੋਡ 'ਚ ਕਰ ਚੁੱਕਾ ਇਹ ਡੇ ਬਾਈ ਡੇ ਨਵੇਂ ਤੋਂ ਨਵੇਂ ਜਦੋਂ ਐਵੋਲਿਊਸ਼ਨ ਹੁੰਦਾ ਨਾ ਸਮਾਜ ਦਾ ਕੰਟਰੀ ਦਾ ਉਦੋਂ ਨਵੀਂ ਆ ਗਈ ਚੀਜ਼ ਹੁਣ ਉਹ 1967 ਦੇ ਵਿੱਚ ਪੰਜਾਬੀ ਸੂਬਾ ਬਣ ਗਿਆ ਪੰਜਾਬੀ ਸੂਬਾ ਬਣ ਗਿਆ ਫਿਰ ਇਹਨਾਂ ਨੇ ਜਿਹੜੀ ਆਰੀਆ ਸਮਾਜ ਦੇ ਜਿਹੜੇ ਨੁਮਾਇੰਦੇ ਸਨ ਜਾਂ ਲੀਡਰਸ਼ਿਪ ਜਿਹੜੀ ਸੈਂਟਰ 'ਚ ਲੀਡਰਸ਼ਿਪ ਉਹ ਵੀ ਰਾਜ ਕਰ ਰਹੀ ਸੀ ਜਿਹੜੀ ਆਰੀਆ ਸਮਾਜੀ ਟਾਈਪ ਦੀ ਜਾਂ ਪਰੋ ਹਿੰਦੂ ਚਾਹੇ ਉਹ ਕਾਂਗਰਸ ਵਿੱਚ ਹੀ ਸਨ ਚਾਹੇ ਉਹ BJP ਦੇ ਵਿੱਚ ਸਨ ਉਹਨਾਂ ਦੀ ਮਤਲਬ ਡੋਮੀਨੇਸ਼ਨ ਸੀ ਵੀ ਅਸੀਂ ਆਪਣੀ ਡੋਮੀਨੇਸ਼ਨ ਨੌਰਥ ਇੰਡੀਆ 'ਚ ਰੱਖਣੀ ਹੈ। ਉਹਨਾਂ ਨੇ ਪੰਜਾਬੀ ਨੂੰ ਕੋਸ਼ਿਸ਼ ਕੀਤਾ ਸਨੱਬ ਕਰਨ ਦਾ ਕੋਸ਼ਿਸ਼ ਕੀਤੀ ਔਰ ਉਧਰੋਂ ਜਿਤਨਾ ਵੋਟ ਰੂਲਿੰਗ ਕਲਾਸ ਜਿਹੜੀ ਹੁੰਦੀ ਹੈ ਜਿਹੜੀ ਜਿਹਦੀ ਮਜੋਰਟੀ ਹੋਵੇ ਕਿਉਂਕਿ ਮਜੋਰਟੀ ਜਿਹੜੀ ਆ ਹਿੰਦੀ ਸਪੀਕਿੰਗ ਲੋਕਾਂ ਦੀ ਆ ਹਾਲਾਂਕਿ ਉੱਥੇ ਵੀ ਰਾਜਸਥਾਨ ਚੱਲ ਜਾਓ ਜਦੋਂ ਆਪਣੇ ਆਪਣੇ ਏਰੀਏ ਦੀ ਲੈਂਗੁਏਜ ਨੇ ਬੋਲਦੇ ਆ ਲੇਕਿਨ ਉਹ ਮਜੋਰਟੀ ਇਹਨਾਂ ਲੋਕਾਂ ਦੀ ਹੋ ਗਈ ਰਾਜ ਕਰਨ ਦੀ। ਪ੍ਰਾਈਮ ਮਿਨਿਸਟਰ ਵੀ ਅੱਜ ਦੀ ਡੇਟ ਤੱਕ ਵੀ ਪ੍ਰਾਈਮ ਮਿਨਿਸਟਰ ਸਿਰਫ ਰਾਜ ਦੇਸਾਈ ਮਹਾਰਾਸ਼ਟਰ ਤੋਂ ਆ ਅਤੇ ਜਾਂ ਦੇਵਗੜਾ ਆਇਆ। ਸ਼ਰਮਾ ਜੀ ਦੀ ਗੱਲ ਮੈਂ ਅੱਗੇ ਵਧਾਉਂਦਾ ਹਾਂ। ਦੇਖੋ ਉਹਦੇ 'ਚ ਕੀ ਹੋਇਆ ਜਦੋਂ ਆਪਾਂ ਨੇ ਹਿੰਦੀ ਦੀ ਗੱਲ ਕੀਤੀ ਨਾ ਕਿ ਹਿੰਦੀ ਜਿਹੜੀ ਹੈ ਇੰਗਲਿਸ਼ ਦੇ ਨਾਲ ਚੱਲੇਗੀ ਔਰ ਜਦੋਂ ਆਪਾਂ ਅੱਜ ਕਰੰਟ ਟਾਈਮ ਦੇ ਵਿੱਚ ਆਉਂਦੇ ਹਾਂ ਤਾਂ ਉਦੋਂ ਇੱਕ ਇਹ ਵੀ ਪ੍ਰੋਬਲਮ ਆਉਣ ਲੱਗ ਗਈ ਹਾਲਾਂਕਿ ਜਿਹੜੀ ਇੰਗਲਿਸ਼ ਸਪੀਕਿੰਗ ਹੈਗੀ ਹੈ ਜੇ ਇਹ ਬੜੀ ਐਸਪੀਰੇਸ਼ਨਲ ਲੈਂਗੁਏਜ ਹੈਗੀ ਹੈ ਔਰ ਤੁਹਾਡੀ ਇਕਨੋਮਿਕ ਹਿੰਦੀ ਇੰਗਲਿਸ਼ ਇੱਕ ਮਾਤਾ ਹੈਗੀ ਆਪਣੇ ਇੰਡੀਆ ਦੇ ਵਿੱਚ ਖਾਸ ਕਰਕੇ। ਅੱਛਾ ਆਪਾਂ ਫਿਰ ਉੱਥੇ ਆਉਂਦੇ ਹਾਂ ਚਲੋ ਜਿਹੜਾ ਕਿ ਜੇ ਆਪਾਂ ਭਾਸ਼ਾ 'ਤੇ ਆਈਏ ਤਾਂ ਬਹੁਤ ਲੰਮਾ ਟਾਈਮ ਹੋ ਜਾਣਾ। ਆਪਾਂ ਮੇਨ ਮੁੱਦੇ 'ਤੇ ਗੱਲ ਆਈਏ ਜੇ ਜਿੱਦਾਂ ਕਿਸੇ ਇੰਟਰਵਿਊ ਦੇ ਵਿੱਚ ਕਿਸੇ ਨੇ ਕਹਿ ਦਿੱਤਾ ਵੀ ਮਾਂ ਬੋਲੀ ਦੀ ਆ ਤੁਸੀਂ ਸੇਵਾ ਬਹੁਤ ਕਰ ਲਈ ਠੀਕ ਨਹੀਂ ਕਿ ਹਿੰਦੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਕਿਆ ਉਹਦੇ ਉੱਤੇ ਆਰਗੂਮੈਂਟ ਹੋਣਾ ਚਾਹੀਦਾ ਸੀ ਕਿ ਨਹੀਂ ਹੋਣਾ ਚਾਹੀਦਾ ਸੀ? ਨਹੀਂ ਉਹ ਮੈਂ ਦੱਸਦਾ ਜੀ ਐਕਚੁਅਲੀ ਆਰਗੂਮੈਂਟ ਕਿਉਂ ਹੋਇਆ ਮੈਂ ਤੁਹਾਨੂੰ ਦੱਸਦਾ ਵਿੱਚ ਰੌਲਾ ਕੀ ਪਿਆ। ਹਾਂਜੀ ਦੇਖੋ ਪਹਿਲਾਂ ਤਾਂ ਇਹ ਤੁਸੀਂ ਦੇਖੋ ਇੰਡੀਆ 'ਚ ਕੀ ਹੋ ਰਿਹਾ। ਹਾਂਜੀ ਇੰਡੀਆ ਦੇ ਵਿੱਚ ਦੋ ਤਿੰਨ ਚੀਜ਼ਾਂ ਬਿਲਕੁਲ ਰੀਸੈਂਟਲੀ ਹੋਈਆਂ। ਇੱਕ ਤਾਂ ਗਵਰਨਮੈਂਟ ਆਫ ਇੰਡੀਆ ਨੇ ਇੱਕ ਨਵੀਂ ਐਜੂਕੇਸ਼ਨ ਪਾਲਿਸੀ ਡਰਾਫਟ ਕੀਤੀ ਜਿਹਦੇ ਵਿੱਚ ਹਿੰਦੀ ਜਿਹੜੀ ਆ ਮੈਂਡੇਟਰੀ ਕਰਤੀ ਰਾਸ਼ਟਰੀ ਭਾਸ਼ਾ ਬਣਾਉਂਦੀ ਰਾਸ਼ਟਰੀ ਬਾਣਾ ਦੇ ਹਾਲਾਂਕਿ ਇੰਡੀਆ ਦੇ ਵਿੱਚ ਰਾਸ਼ਟਰੀ ਭਾਸ਼ਾ ਹੈ ਨਹੀਂ ਕੋਈ ਨਹੀਂ ਕੋਈ ਨਹੀਂ ਹੈ। ਦੂਜਾ ਇਹਨਾਂ ਨੇ ਕੀ ਕੀਤਾ ਕਿ ਇੱਕ ਰੁਪਏ ਦਾ ਨੋਟ ਸੀ ਉਹਦੇ 'ਚ ਸਾਡੇ ਇੱਕ ਸਟੈਂਡਰਡਾਈਜ਼ ਹੈ ਕਿ ਜਿਹੜੇ ਨਿਊਮਰਲਸ ਹੈ ਜਿਹੜੇ ਅੱਖਰ ਲਿਖੇ ਜਾਂਦੇ ਹੈ ਉਹ ਹਿੰਦੀ ਉਹ ਦੇਵਨਾਗਰੀ 'ਚ ਪਾਤੇ। ਅੱਛਾ ਜਦੋਂ ਕਿ ਇੰਟਰਨੈਸ਼ਨਲ ਨੋਮੀਨੇਸ਼ਨਸ ਜਿਹੜੀਆਂ ਹੈ ਉਹ ਚਾਹੀਦੀਆਂ ਸੀ ਜਦੋਂ ਕਿ ਇਹਨਾਂ ਨੇ ਉਸ ਨੂੰ ਬਾਈਪਾਸ ਕਰਕੇ ਜਿਹੜੀ ਹੈ ਦੇਵਨਾਗਰੀ ਦੇ ਕਰਤੀ। ਤੀਜਾ ਉਹਨਾਂ ਦਿਨਾਂ ਦੇ ਵਿੱਚ ਆਪਣਾ ਗੁਰਦਾਸ ਮਾਨ ਜੀ ਨਾ ਅਮਿਤ ਸ਼ਾਹ ਦਾ ਬਿਆਨ ਆ ਗਿਆ ਕਿ ਅਸੀਂ ਇੱਕ ਭਾਸ਼ਾ ਕਰਨੀ ਆਹ ਕਰਨਾ ਉਹ ਕਰਨਾ ਯੂਨੋ ਵੀ ਅਸੀਂ ਇੰਡੀਆ ਨੂੰ ਜੇ ਯੂਨਾਈਟ ਕਰਨਾ ਤਾਂ ਸਾਡੇ ਕੋਲ ਇਹੀ ਭਾਸ਼ਾ ਹੈਗੀ ਹੈ। ਹੁਣ ਜਿਹੜਾ ਇਹਨੂੰ ਸਮਝਣ ਦੀ ਥੋੜ੍ਹੀ ਜਿਹੀ ਲੋੜ ਹੈ ਐਕਚੁਅਲ ਰੌਲਾ ਕਿੱਥੇ ਪੈ ਰਿਹਾ। ਦੇਖੋ ਹਿੰਦੀ ਇੱਕ ਕੰਟੈਕਟ ਲੈਂਗੁਏਜ ਦੇ ਤੌਰ 'ਤੇ ਸੰਪਰਕ ਭਾਸ਼ਾ ਦੇ ਉੱਤੇ ਬੜਾ ਵਧੀਆ ਚੱਲ ਰਹੀ ਸੀ ਠੀਕ ਹੈ ਇੰਗਲਿਸ਼ ਦੇ ਨਾਲ ਇਹ 'ਚ ਕੋਈ ਸ਼ੱਕ ਨਹੀਂ। ਗੁਰਦਾਸ ਮਾਨ ਇਹਦੇ ਲਪੇਟੇ ਵਿੱਚ ਆ ਗਏ ਨਹੀਂ ਉਹ ਦੱਸਦੇ ਆ ਗੁਰਦਾਸ ਮਾਨ 'ਤੇ ਵੀ ਆਉਂਦੇ ਜੀ
ਹੁਣ ਜਦੋਂ ਇਹ ਚੱਲ ਰਹੀ ਸੀ, ਜਦੋਂ ਆਪਾਂ ਨੂੰ ਪਤਾ ਕਿ ਬੜੇ ਵਧੀਆ ਸਪੀਕਰ ਹੈਗੇ ਆ, ਬੜਾ ਵਧੀਆ ਸਾਰਾ ਕੁਛ ਚੱਲ ਰਿਹਾ ਹੈਗਾ, ਜਦੋਂ ਤੁਸੀਂ ਇਹ ਗੱਲ ਕਰਤੀ ਉਹਦੇ ਵਿੱਚ ਲੋਕਾਂ ਨੂੰ ਇਹ ਲੱਗਣਾ ਸ਼ੁਰੂ ਹੋ ਗਿਆ, ਦੇਖੋ 370 ਧਾਰਾ ਡਿਵਾਈਡ ਕੀਤੀ ਹੈ, ਉੱਥੇ ਜਿਹੜਾ ਹੈਗਾ ਉਹ ਜਿਹੜਾ ਨਵਾਂ ਰਜਿਸਟਰ ਬਣਾਇਆ ਆਸਾਮ ਦੇ ਵਿੱਚ, ਜਦੋਂ ਬਾਕੀ ਜਿੱਥੇ 371 ਲੱਗੀ ਹੋਈ ਹੈ ਉਹਨਾਂ ਸਾਰਿਆਂ ਦੇ ਬਾਕੀ ਇਕੋਨਮੀ ਦੇ ਵਿੱਚ, ਮਤਲਬ ਲੋਕਾਂ ਦੇ ਵਿੱਚ ਇਨ ਜਨਰਲ ਥੋੜ੍ਹੀ ਜਿਹੀ ਅਨਸਰਟਨਟੀ ਜਿਹੀ ਪੈਦਾ ਹੋਈ ਹੋਈ ਹੈ। ਉਹਨਾਂ ਨੂੰ ਲੱਗਦਾ ਵੀ ਯਾਰ ਅੱਜ ਪਤਾ ਨਹੀਂ ਕੀ ਹੋ ਜਾਏਗਾ, ਦਿਨ ਚੜ੍ਹੇਗਾ, ਕੱਲ੍ਹ ਚੜ੍ਹੇਗਾ, ਪਤਾ ਨਹੀਂ ਕੱਲ ਨੂੰ ਕੀ ਹੋ ਜਾਏਗਾ, ਕੋਈ ਪਤਾ ਨਹੀਂ। ਸਾਡੇ ਪ੍ਰਧਾਨ ਮੰਤਰੀ ਪਤਾ ਨਹੀਂ ਕੀ ਕਰਦੇ ਨੇ, ਕੀ ਲੌਸ ਕਰਦੇ ਨੇ, ਕੋਈ ਬੰਦਾ ਇਹ ਨਹੀਂ ਹੈ ਵੀ ਸਿਕਿਓਰ ਨਹੀਂ ਹੈਗਾ ਵੀ ਸਾਡੇ ਪ੍ਰਧਾਨ ਮੰਤਰੀ ਵੱਲੋਂ ਵੀ ਆਹ ਚੀਜ਼ ਹੋ ਸਕਦੀ ਨਹੀਂ ਹੋ ਸਕਦੀ। ਉਹਦੇ ਵਿੱਚ ਨਾ ਦੇਖੋ ਉਹਦੇ ਵਿੱਚ ਕੀ ਹੈ, ਇੱਦਾਂ ਜਿਹੜੀ ਸਵਾਲ ਕੀਤਾ ਨਾ ਵੀ ਆਪਾਂ ਲੰਮੀ ਗੱਲ ਹੋ ਜਾਣੀ ਕਿਉਂਕਿ ਟਾਈਮ ਥੋੜ੍ਹਾ, ਇਹ ਗੁਰਦਾਸ ਮਾਨ ਜੀ ਦਾ ਵੇਖੋ ਉਹਦੇ ਵਿੱਚ ਕੀ ਹੈ ਵੀ ਇੱਕ ਜਿਸ ਤਰ੍ਹਾਂ ਇੰਦਰਦੀਪ ਭਰਾ ਨੇ ਕਿਹਾ ਵੀ ਮਾਹੌਲ ਐਸਾ ਕ੍ਰੀਏਟ ਕਰਤਾ ਅਮਿਤ ਸ਼ਾਹ ਦੇ ਬਿਆਨ ਨੇ ਹਿੰਦੀ ਦਾ, ਫਿਰ ਅਸੀਂ ਪੰਜਾਬੀ ਲੋਕ ਨਾ ਮੈਂ ਵੇਖਿਆ ਵੀ ਜਾਣੇ ਜਾਂ ਅਣਜਾਣੇ ਦੇ ਵਿੱਚ ਅਸੀਂ ਇਹਨਾਂ ਦੇ ਲੀਡਰਾਂ ਦੇ ਜਾਂ ਉਹ ਉਸ ਵੇਲੇ ਦੀ ਜੋ ਕਿਰਦਾਰ ਆ ਕੰਮ ਕਰ ਰਹੇ ਆ ਅਸੀਂ ਟ੍ਰੈਪ 'ਚ ਆ ਜਾਂਦੇ ਹਾਂ। ਹਾਂਜੀ, ਉਹ ਜਿਹੜਾ ਕੁਐਸਚਨ ਉਹਨੇ ਸੱਜਣ ਨੇ ਕੀਤਾ ਸਾਡੇ ਮੀਡੀਆ ਦੇ ਸੱਜਣ ਨੇ ਗੁਰਦਾਸ ਮਾਨ ਨੂੰ, ਉਹ ਸਵਾਲ ਬਣਦਾ ਹੀ ਨਹੀਂ ਸੀ ਉਹਨੂੰ ਕਰਨਾ, ਸੈਲੀਬ੍ਰਿਟੀ ਹੈ ਉਹਦਾ, ਭਾਸ਼ਾ ਦਾ ਚਲੋ ਗਾਇਕ ਹੈ ਪੰਜਾਬੀ ਭਾਸ਼ਾ ਦਾ, ਕਈ ਪੰਜਾਬੀ ਭਾਸ਼ਾ ਦੇ ਕਈ ਗਾਇਕ ਨੇ, ਉਹ ਉੜਕੇ ਚੜ ਗਿਆ। ਦੇਖੋ ਮੇਰਾ ਗੁਰਦਾਸ ਮਾਨ ਦਾ ਜਿਹੜਾ ਇੰਸੀਡੈਂਟ ਹੈਗਾ ਉਹਦੇ ਬਾਰੇ ਬੜਾ ਹੀ ਕਲੀਅਰ ਵਿਊ ਹੈਗਾ। ਦੇਖੋ ਪਹਿਲੀ ਗੱਲ ਹੈਗੀ ਹੈ ਕਿ ਦੇਖੋ ਜਦੋਂ ਆਪਾਂ ਕਿਸੇ ਨੂੰ ਸੈਲੀਬ੍ਰਿਟੀ ਬਣਾਉਂਦੇ ਹਾਂ, ਠੀਕ ਹੈ, ਆਪਾਂ ਆਪਣਾ ਪਹਿਲਾਂ ਤਾਂ ਆਪਣਾ ਕਸੂਰ ਹੈ, ਆਪਾਂ ਇਹ ਸਮਝਣ ਲੱਗ ਜਾਂਦੇ ਹਾਂ ਕਿਉਂਕਿ ਉਹ ਸੈਲੀਬ੍ਰਿਟੀ ਹੈ, ਇਸ ਕਰਕੇ ਉਹਦੀ ਹਰ ਚੀਜ਼ ਬਾਰੇ ਇੱਕ ਬੜੀ ਵਧੀਆ ਰਿਫਾਈਨਡ ਓਪੀਨੀਅਨ ਹੋਏਗੀ। ਇੱਥੇ ਆਪਾਂ ਗਲਤ ਹਾਂ। ਦੇਖੋ ਇੱਕ ਗਾਣਾ ਗਾਉਣ ਵਾਲਾ ਬੰਦਾ, ਠੀਕ ਹੈ, ਉਹ ਤੋਂ ਆਪਾਂ ਕਿਉਂ ਐਕਸਪੈਕਟ ਕਰਦੇ ਹਾਂ ਕਿ ਉਹ ਜਿਹੜਾ ਬਿਲਕੁਲ ਠੀਕ ਹੈ ਜਿਹੜਾ ਸਰਕਾਰੀ ਭਾਸ਼ਾ ਹੈ ਜਿਹਨੂੰ ਆਫੀਸ਼ੀਅਲ ਲੈਂਗੁਏਜ ਕਹਿੰਦੇ ਹਾਂ ਔਰ ਜਿਹੜੀ ਜਿਹੜੀ ਤੁਸੀਂ ਇੱਕ ਨੈਸ਼ਨਲ ਲੈਂਗੁਏਜ ਹੈ ਉਹਦਾ ਫਰਕ ਸਮਝਦਾ ਹੋਏਗਾ। ਪਹਿਲਾ ਕਸੂਰ ਤਾਂ ਆਪਣਾ, ਮੈਂ ਆਪਣੇ ਆਪ ਨੂੰ ਕਸੂਰਵਾਰ ਸਮਝਦਾ ਪਹਿਲਾਂ। ਭਾਵ ਜਿਹੜਾ ਕਿ ਮੀਡੀਆ ਵਾਲੇ ਨੇ ਸਾਡੇ ਸੱਜਣ ਨੇ, ਅਸੀਂ ਮੀਡੀਆ ਵਾਲੇ ਹਾਂ, ਉਹਨੇ ਕੁਐਸਚਨ ਜਿਹੜਾ ਕਿ ਪੁੱਟ ਗਲਤ ਕੀਤਾ, ਗਲਤ ਜਗ੍ਹਾ ਦੇ ਸਵਾਲ ਕੀਤਾ ਇੱਕ ਗੱਲ। ਦੂਜਾ ਹੈਗਾ ਵੀ ਜੇ ਬਾਈ ਚਾਂਸ ਉਹਨੂੰ ਕੁਐਸਚਨ ਕਰ ਵੀ ਲਿਆ ਸੀ, ਠੀਕ ਹੈ, ਬਾਈਪਾਸ ਕਰ ਦਿੰਦਾ, ਤਾਂ ਗੁਰਦਾਸ ਮਾਨ ਨੂੰ ਜਿਹੜਾ ਹੈਗਾ ਉਸ ਵੇਲੇ ਕਹਿ ਦੇਣਾ ਚਾਹੀਦਾ ਸੀ ਵੀ ਦੇਖ ਮੈਂ ਜਿਹੜੀ ਆਫੀਸ਼ੀਅਲ ਲੈਂਗੁਏਜ ਹੈ ਔਰ ਜਿਹੜੀ ਦੇਖੋ ਜਦੋਂ ਉਹਨੇ ਗੱਲ ਸ਼ੁਰੂ ਕੀਤੀ ਹੈ ਗੁਰਦਾਸ ਮਾਨ ਨੇ, ਉਹਨੇ ਠੀਕ ਸ਼ੁਰੂ ਕੀਤੀ ਹੈ, ਉਹ ਜਦੋਂ ਲਿੰਕ ਲੈਂਗੁਏਜ ਦੀ ਗੱਲ ਕਰ ਰਿਹਾ ਜਿਹਨੂੰ ਆਪਾਂ ਲਿੰਗਾ ਫਰੈਂਕਾ ਕਹਿੰਦੇ ਹਾਂ, ਐਕਚੁਅਲ ਉੱਥੋਂ ਸ਼ੁਰੂ ਕਰ ਰਿਹਾ ਕਿ ਜੀ ਦੇਖੋ ਆਪਣੀ, ਫਿਰ ਆਪਾਂ ਜੇ ਬੰਗਾਲ 'ਚ ਜਾਈਏ ਜਾਂ ਆਪਾਂ ਮਦਰਾਸ 'ਚ ਜਾਈਏ ਆਪਾਂ ਗੱਲ ਕਰਨ ਜੋਗੇ ਤਾਂ ਹੋਈਏ। ਸੋ ਬੇਸਿਕਲੀ ਤਾਂ ਉਹ ਲਿੰਗਾ ਫਰੈਂਕਾ ਦੀ ਗੱਲ ਕਰ ਰਿਹਾ, ਪਰ ਕਿਉਂਕਿ ਉਹਦੇ ਕੋਲ ਡਿਸਟਿੰਕਸ਼ਨ ਕਲੀਅਰਲੀ ਦਿਮਾਗ 'ਚ ਹੈ ਨਹੀਂ ਸੀ ਕਿ ਆਫੀਸ਼ੀਅਲ ਲੈਂਗੁਏਜ ਕੀ ਹੁੰਦੀ ਹੈ, ਲਿੰਗਾ ਫਰੈਂਕਾ ਕੀ ਹੁੰਦਾ, ਇਸ ਕਰਕੇ ਉਹਨੇ ਗਲਤ ਸਟੇਟਮੈਂਟ ਦੇ ਦਿੱਤੀ। ਜੋ ਜਨਰਲ ਹੈਗਾ ਆ ਗੁਰਦਾਸ ਮਾਨ ਜੀ ਨੇ ਉਹੀ ਕਿਹਾ। ਹੁਣ ਆਪਾਂ ਜੇ ਕਿਤੇ ਬੰਗਾਲ ਦੇ ਵਿੱਚ ਜਾਈਏ, ਆਪਾਂ ਨੂੰ ਬੰਗਾਲੀ ਨਹੀਂ ਆਉਂਦੀ, ਇੱਕ ਐਸੀ ਲੈਂਗੁਏਜ ਹੋਣੀ ਚਾਹੀਦੀ ਆ ਜਿਸ ਤਰ੍ਹਾਂ ਇੱਥੇ ਆ ਕੈਨੇਡਾ ਦੇ ਵਿੱਚ ਇੰਗਲਿਸ਼ ਹੈਗੀ ਆ, ਸੈਕੰਡ ਭਾਸ਼ਾ ਹੈਗੀ ਆ ਫ੍ਰੈਂਚ, ਠੀਕ ਨਹੀਂ, ਹਰੀ ਜੀ ਆਲਰੇਡੀ ਹੈਗੀ ਆ, ਨਾ ਹੈਗੀ ਆ ਨਾ ਆਲਰੇਡੀ ਹੈਗੀ ਆ, ਤੇ ਉਹ ਆਪਾਂ ਕਿਉਂ ਨਹੀਂ ਉਹ ਦੇਖੋ ਸੈਕਟ ਕਰਦੇ ਵੀ ਕਿਉਂ ਨਹੀਂ ਉਹ ਆਪਾਂ ਚੀਜ਼ ਨੂੰ ਮੰਨਦੇ। ਮੈਂ ਦੱਸਦਾ ਐਕਚੁਅਲੀ ਉਹ, ਫਿਰ ਮੈਂ ਤਾਂ ਹੀ ਤੁਹਾਨੂੰ ਬੈਕਗ੍ਰਾਉਂਡ ਵਾਲੀ ਗੱਲ ਕਰ ਰਿਹਾ ਸੀ ਕਿ ਜਿਹੜੇ ਲੋਕ ਬਾਹਰ ਬੈਠੇ ਆ, ਆਪਾਂ ਲੋਕੀ ਕਿਉਂ ਨਹੀਂ ਮੰਨਦੇ ਫਿਰ, ਜਿਹੜੇ ਲੋਕ ਬਾਹਰ ਬੈਠੇ ਆ ਉਹਨਾਂ ਦੇ ਦਿਮਾਗਾਂ 'ਚ ਕੀ ਚੱਲ ਰਿਹਾ, ਉਹਨਾਂ ਦੇ ਦਿਮਾਗਾਂ ਦੇ ਵਿੱਚ ਮਿਸਟਰ ਅਮਿਤ ਸ਼ਾਹ ਦੀ ਉਹ ਸਟੇਟਮੈਂਟ ਚੱਲ ਰਹੀ ਹੈ ਕਿ ਇੱਕ ਦੇਸ਼ ਇੱਕ ਭਾਸ਼ਾ, ਜਦੋਂ ਇਹਦਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਲਿਆ ਵੀ ਇਹ ਤਾਂ ਅਮਿਤ ਸ਼ਾਹ ਦਾ ਹੀ ਏਜੰਡਾ ਬੋਲ ਰਿਹਾ ਤੇ ਬਿਲਕੁਲ ਠੀਕ। ਮੈਂ ਤੁਹਾਨੂੰ ਇਹ ਇਹ ਗੱਲ ਜਦੋਂ ਉੱਥੇ ਆ ਗਈ ਉਹਨਾਂ ਨੂੰ ਲੱਗਿਆ ਵੀ ਇਹ ਤਾਂ ਅਮਿਤ ਸ਼ਾਹ ਦਾ ਹੀ ਏਜੰਡਾ ਬੋਲਦਾ ਪਿਆ, ਠੀਕ ਹੈ। ਔਰ ਫਿਰ ਜਿਹੜੀ ਸਭ ਤੋਂ ਵੱਡੀ ਗਲਤੀ ਹੋਈ ਉਹ ਇਹ ਹੋਈ ਕਿ ਜਦੋਂ ਉਹਨੂੰ ਦੁਬਾਰਾ ਮੌਕਾ ਮਿਲਿਆ ਗੱਲ ਕਰਨ ਦਾ ਉਹਨੇ ਕੋਈ ਜਿਹੜੀ ਅਨਪਾਰਲੀਮੈਂਟਰੀ ਲੈਂਗੁਏਜ ਵਰਤਦੀ, ਮੈਂ ਉਹ ਵੀ ਦੱਸਦਾ। ਹੁਣ ਮੈਨੂੰ 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 ਜੋ ਫੀਲ ਹੋ ਰਿਹਾ, ਦੇਖੋ ਦੋ ਚੀਜ਼ਾਂ ਸੀ ਇਹਦੇ ਵਿੱਚ। ਦੇਖੋ ਗੁਰਦਾਸ ਮਾਨ ਇਜ਼ ਅ ਰਿਸਪੈਕਟੇਬਲ ਮੈਨ, ਜੇ ਕਿਸੇ ਵੇਲੇ ਉਹਦੇ ਕੋਲੋਂ ਕੋਈ ਗਲਤੀ ਹੋ ਗਈ, ਮੂੰਹ ਚੋਂ ਗਲਤ ਗੱਲ ਗਲਤ ਨਿਕਲ ਗਈ, ਕੋਈ ਵੀ ਉਹ ਬੰਦੇ ਨੂੰ ਉਹ ਬੰਦੇ ਕੋਲ ਬੜੀਆਂ ਅਪਰਚੁਨਿਟੀ ਸੀ ਆਪਣੇ ਆਪ ਨੂੰ ਮੈਂਡ ਕਰਨ ਦੀ ਕਿ ਦੇਖੋ ਜੀ ਮੈਂ ਜਿਹੜੀ ਹੈ ਲਿੰਕ ਭਾਸ਼ਾ ਦੀ ਗੱਲ ਕੀਤੀ ਸੀ, ਜਿਹੜੀ ਹੈ ਨੈਸ਼ਨਲ ਭਾਸ਼ਾ ਦੀ ਗੱਲ ਨਹੀਂ ਕੀਤੀ ਸੀ। ਉਹਦਾ ਇੱਕ ਤਾਂ ਉਹਨੇ ਐਕਸਪਲੇਨੇਸ਼ਨ ਨਹੀਂ ਦਿੱਤੀ ਜਦੋਂ ਕਿ ਉਹਦੇ ਕੋਲ ਬਹੁਤ ਅਪਰਚੁਨਿਟੀ ਸੀ। ਉਹ ਹੁਣ ਕਈ ਲਿੰਕਾਂ ਨਾਲ ਜੁੜ ਜਾਂਦੇ ਆ ਕਿ ਸ਼ਾਇਦ ਇਹ ਬੀਜੇਪੀ ਦੀ ਕੋਈ ਟਿਕਟ ਲੈਣਾ ਚਾਹੁੰਦਾ, ਰਾਜ ਸਭਾ ਜਾਣਾ ਚਾਹੁੰਦਾ, ਆਪਣੇ ਮੁੰਡੇ ਨੂੰ ਐਡਜਸਟ ਕਰਨਾ ਚਾਹੁੰਦਾ, ਆਈ ਡੋਂਟ ਨੋ ਵੀ ਕੀ ਗੱਲ ਹੈਗੀ ਹੈ। ਪਰ ਮੈਂ ਇਹ ਸਮਝਦਾ ਕਿ ਜੇ ਆਪਾਂ ਇਹ ਸਮਝਦੇ ਹਾਂ ਕਿ ਜਿਹੜੇ ਜਿਹੜੇ ਸਿੰਗਰਸ ਹੁੰਦੇ ਆ ਉਹ ਕੋਮਲ ਹਿਰਦੇ ਵਾਲੇ ਹੁੰਦੇ ਆ, ਤਾਂ ਇਹ ਕੋਮਲ ਹਿਰਦੇ ਹੋਣ ਦੇ ਨਾਤੇ ਇਸ ਨੂੰ ਚਾਹੀਦਾ ਸੀ ਕਿ ਉਹ ਲੋਕਾਂ ਦੇ ਸਾਹਮਣੇ ਆਉਂਦਾ ਔਰ ਆਪਣੀ ਪੋਜੀਸ਼ਨ ਕਰੈਕਟ ਕਰ ਲੈਂਦਾ। ਉਹਨੇ ਕੀ ਕੀਤਾ, ਕਰੈਕਟ ਕਰਨ ਦੀ ਬਜਾਏ ਉਹਨੇ ਇੱਕ ਐਸਾ ਮੁੱਦਾ ਛੇੜਤਾ ਔਰ ਇੰਨੀ ਅਨਪਾਰਲੀਮੈਂਟਰੀ ਲੈਂਗੁਏਜ ਵਰਤ ਲਈ,
ਉਹਦੇ ਨਾਲ ਲੋਕ ਜਿਹੜੇ ਹੈਗੇ ਆਪਾਂ ਲੋਕਾਂ ਨੂੰ ਵੀ ਚਾਹੀਦਾ ਆ ਜੇ ਉਹਨੇ ਕਹਿ ਵੀ ਦਿੱਤਾ ਹਿੰਦੀ ਭਾਸ਼ਾ ਮੇਰੀ ਤਾਂ ਗੱਲ ਸੁਣੋ ਜੇ ਹਿੰਦੀ ਭਾਸ਼ਾ ਜਾਂ ਪੰਜਾਬੀ ਭਾਸ਼ਾ ਮਾਂ ਬੋਲੀ ਆ ਜੇ ਉਹਨੇ ਬੰਦੇ ਨੇ ਕਹਿ ਵੀ ਦਿੱਤਾ ਮੰਨ ਲਓ ਇੱਕ ਇੰਟਰਵਿਊ ਦੇ ਵਿੱਚ ਕਿਆ ਉਹਦੇ ਅਗੇਂਸਟ ਸੁਹਾਜੀ ਮਜ਼ਾਰੇ ਕਰਨੇ ਚਾਹੀਦੇ ਨਹੀਂ ਉਹ ਨਾ ਗੱਲ ਇਹ ਜੇ ਤੁਹਾਡੇ ਮੈਂ ਦੱਸਦਾ ਨਹੀਂ ਜੇ ਤੁਹਾਡੇ ਘਰ ਕੋਈ ਫੰਕਸ਼ਨ ਚੱਲਦਾ ਹੋਵੇ ਮੈਂ ਜਾ ਕੇ ਉੱਥੇ ਰੌਲਾ ਪਾਵਾਂ ਤੁਸੀਂ ਕੀ ਕਰੋਗੇ ਮੈਨੂੰ ਇੱਜ਼ਤ ਹੈਰੀ ਜੀ ਮੈਂ ਤੁਹਾਡੇ ਉਸ ਪੁਆਇੰਟ ਨਾਲ ਐਗਰੀ ਕਰਦਾ ਠੀਕ ਹੈ ਬਟ ਜਿਹੜੇ ਲੋਕ ਇਸ ਬੰਦੇ ਤੋਂ ਨਾਰਾਜ਼ ਹੋਏ ਹੈ ਉਹ ਉਸ ਭਾਸ਼ਾ ਦੇ ਸਟੇਟਮੈਂਟ ਕਰਕੇ ਘੱਟ ਹੋਏ ਹੈ ਇਹਦੇ ਜਿਹੜੀ ਨੈਕਸਟ ਸਟੇਟਮੈਂਟ ਜਿਹੜੀ ਦਿੱਤੀ ਹੈ ਉਹਦੇ ਕਰਕੇ ਜ਼ਿਆਦਾ ਗੁਰਦਾਸ ਮਾਨ ਦੇ ਇੱਕੋ ਹੀ ਆ ਉਹਨਾਂ ਨੇ ਜਿਹੜਾ ਕਿ ਬੈਡ ਜਿਹੜੀ ਉਸ ਵੇਲੇ ਭਾਸ਼ਾ ਬੋਲਦੇ ਉਸ ਟਾਈਮ ਜਿਹੜਾ ਕਿ ਆਪਾਂ ਟੀਵੀ ਤੇ ਨਹੀਂ ਕਹਿ ਸਕਦੇ ਚਲੋ ਉਹ ਬੋਲ ਗਏ ਪਰ ਉੱਥੇ ਥੋੜਾ ਜਿਹਾ ਕੂਲ ਹੋ ਕੇ ਨਾ ਕੂਲ ਹੋ ਕੇ ਕਹਿੰਦੇ ਹੈਰੀ ਜੀ ਫਿਰ ਕਹਿਣਾ ਕਿ ਅੱਜ ਵੀ ਕੋਈ ਡੁੱਲੇ ਬੇਰਾਂ ਦਾ ਕੁਛ ਨਹੀਂ ਹੋਇਆ ਅੱਜ ਵੀ ਜਿੱਦਾਂ ਉਹਦਾ ਸਟੇਟਸ ਹੈਗਾ ਸਾਰੇ ਦੁਨੀਆ ਦੇ ਵਿੱਚ ਪੰਜਾਬੀ ਵਰਲਡ ਦੇ ਵਿੱਚ ਉਹਨਾਂ ਨੂੰ ਕੋਈ ਜੇ ਉਹ ਚਾਹੇ ਤਾਂ ਅੱਜ ਆਪਣੀ ਪੋਜੀਸ਼ਨ ਕਲੀਅਰ ਕਰ ਸਕਦਾ ਹੁਣ ਫੋਰ ਐਗਜ਼ਾਮਪਲ ਦੇਖੋ ਮੈਂ ਤੁਹਾਨੂੰ ਇੱਕ ਹੋਰ ਬੜੀ ਵਧੀਆ ਐਗਜ਼ਾਮਪਲ ਦੇ ਰਿਹਾ ਦੇਖੋ ਸ਼ਹੀਦ ਭਗਤ ਸਿੰਘ ਸੀ ਸ਼ਹੀਦ ਭਗਤ ਸਿੰਘ ਨੂੰ ਪੁੱਛਿਆ ਗਿਆ ਕਿ ਦੇਖੋ ਜੀ ਆਪਣੀ ਜਿਹੜੀ ਪੰਜਾਬੀ ਹੈ ਇਹਦੇ ਨਾਲ ਕਿਹੜੀ ਲਿਪੀ ਹੋਣੀ ਚਾਹੀਦੀ ਹੈ ਉਹਨਾਂ ਨੇ ਗੁਰਮੁਖੀ ਦੀ ਬਜਾਏ ਦੇਵਨਾਗਰੀ ਕਹਿਤੀ ਹੁਣ ਕੀ ਆਪਾਂ ਭਗਤ ਸਿੰਘ ਦੇ ਮਗਰ ਪੈ ਜਾਈਏ ਕਿਉਂ ਆਪਾਂ ਇਹੀ ਸਮਝਦੇ ਹਾਂ ਕਿ ਭਗਤ ਸਿੰਘ ਨੂੰ ਉਸ ਵੇਲੇ ਇਸ ਚੀਜ਼ ਦਾ ਨਹੀਂ ਸੀ ਪਤਾ ਕਿ ਦੇਵਨਾਗਰੀ ਜੇ ਵਰਤੀ ਜਾਏਗੀ ਪਤਾ ਸੀਗਾ ਵੀ ਕਿਹੜੀ ਕੀ ਗੱਲ ਕਹਿਣੀ ਚਾਹੀਦੀ ਨਹੀਂ ਪਤਾ ਸੀ ਮੈਂ ਕਿਉਂਕਿ ਉਦੋਂ ਜਦੋਂ ਗੱਲ ਸ਼ੁਰੂ ਕੀਤੀ ਉਹਨੇ ਗੱਲ ਸ਼ੁਰੂ ਕੀਤੀ ਹੈ ਲਿੰਗਾ ਫਰੈਂਕਾ ਤੋਂ ਸੰਪਰਕ ਲੈਂਗੁਏਜ ਤੋਂ ਕੀਤੀ ਹੈ ਕਨੈਕਟ ਲੈਂਗੁਏਜ ਤੋਂ ਕੀਤੀ ਹੈ ਪਰ ਉਹ ਕਿਉਂਕਿ ਬਾਹਰ ਮਾਹੌਲ ਜਿਹੜਾ ਹੈਗਾ ਉਹ ਭਖਿਆ ਹੋਇਆ ਸੀ ਨੈਸ਼ਨਲ ਲੈਂਗੁਏਜ ਦਾ ਉਹਦੇ ਨਾਲ ਮਿਕਸ ਹੋ ਗਈ ਮੈਂ ਨਾ ਇੱਥੇ ਗੱਲ ਹੋਰ ਜੋੜਨਾ ਵੀ ਜਿਸ ਤਰ੍ਹਾਂ ਆਪਾਂ ਪਹਿਲਾਂ ਸ਼ੁਰੂ ਗੱਲ ਕੀਤੀ ਵੀ ਜੇ ਵੇਖੋ ਉਹਨੇ ਜੇ ਭਾਸ਼ਾ ਤੋਂ ਨਿਵਾਕੇ ਥੋੜ੍ਹੀ ਜਿਹੀ ਉਦੋਂ ਗਲਤ ਯੂਜ਼ ਕਰ ਲਈ ਕਰੋੜ ਜੇ ਕਿੱਦਾਂ ਵੀ ਸੈਲੀਬ੍ਰਿਟੀ ਨੂੰ ਥੋੜ੍ਹਾ ਜਿਹਾ ਹੰਕਾਰ ਵੀ ਹੁੰਦਾ ਲੇਕਿਨ ਇੱਥੇ ਆਣ ਕੇ ਗੱਲ ਨਿਬੜਦੀ ਪੰਜਾਬੀ ਸਾਡੀ ਜਿਹੜੇ ਲੋਕ ਆ ਸੀ ਪੰਜਾਬੀ ਕਮਿਊਨਿਟੀ ਆ ਅਸੀਂ ਦੋ ਗੱਲਾਂ ਸਾਡੇ ਸਾਹਮਣੇ ਕਰ ਰਹੀਆਂ ਨੇ ਕਿ ਭਾਅ ਜੀ ਨੇ ਵੀ ਜੋੜੀ ਇੰਦਰਜੀਤ ਹੋਰਾਂ ਨੇ ਵੀ ਅਸੀਂ ਇਹਨੂੰ ਨਾ ਰਿਲੀਜੀਅਸ ਕਲਰ ਦੇ ਰਹੇ ਹਾਂ ਕਲਰਿੰਗ ਦੇ ਰਹੇ ਹਾਂ ਠੀਕ ਹੈ ਨਾ ਵੀ ਪੰਜਾਬੀ ਇੱਕ ਧਰਮ ਦੀ ਇਕੱਲੇ ਦੀ ਭਾਸ਼ਾ ਨਹੀਂ ਸਾਰੇ ਪੰਜਾਬੀਆਂ ਦੀ ਭਾਸ਼ਾ ਚਾਹੇ ਉਹ ਕਿਸੇ ਵੀ ਧਰਮ ਦਾ ਹੈਗਾ ਜਿਹੜਾ ਪੰਜਾਬ 'ਚ ਪੈਦਾ ਆ ਲੇਕਿਨ ਜਿਹੜੇ ਲੋਕ ਇਹ ਸੋਸ਼ਲ ਮੀਡੀਆ ਜਾਂ ਕੁਛ ਸਰਕਲ ਆਪਾਂ ਤਾਂ ਇੱਕ ਚੀਜ਼ ਇਹ ਲੈਣੀ ਆ ਵੀ ਸਾਡਾ ਇੱਕ ਪਲੇਟਫਾਰਮ 'ਤੇ ਹੋਣਾ ਚਾਹੀਦਾ ਕੋਈ ਅਥਾਰਟੀ 'ਤੇ ਹੋਣੀ ਚਾਹੀਦੀ ਹੈ ਜਿਹੜਾ ਉੱਠਦਾ ਉਹ ਕਦੀ ਜਿਤਨਾ ਬੀਜੇਪੀ ਵਾਲੇ ਜਿਹੜਾ ਕੋਈ ਡੈਮੋਕ੍ਰੇਸੀ ਵਿੱਚ ਕੋਈ ਵਿਰੋਧਤਾ ਕਰਦਾ ਉਹਨੂੰ ਦੇਸ਼ ਦਾ ਗਦਾਰ ਗਰਦਾ ਦਿੰਦੇ ਆ ਪੀ ਏ ਜੀ ਐਂਟੀ ਨੈਸ਼ਨਲ ਇਸੇ ਦਾ ਤੇ ਮੈਂ ਗੱਲ ਕਰਨ ਲੱਗਾ ਕਿ ਸਾਨੂੰ ਇੱਕ ਅਥਾਰਟੀ ਚਾਹੀਦੀ ਹੈ ਜਿਹੜੀ ਕਿ ਐਵੇਂ ਸੋਸ਼ਲ ਮੀਡੀਆ 'ਚ ਨਾ ਜਾਵੇ ਉਹ ਅਥਾਰਟੀ ਚਾਹੀਦੀ ਵੀ ਉਸ ਪਲੇਟਫਾਰਮ ਇਹ ਸਾਡੀ ਨਹੀਂ ਜਿਹੜੇ ਹਾਈ ਜਿਹੜੇ ਲੋਕ ਅੱਛਾ ਦੂਜੀ ਪਾਸੇ ਜਿਹੜਾ ਕਿ ਮਾਂ ਬੋਲੀ ਦੀ ਜਾਂ ਕਿਸੇ ਨੂੰ ਆਪਾਂ ਚਾਹੁੰਦੇ ਹਾਂ ਉਹ ਆਪਾਂ ਆਪ ਲੋਕੀ ਬਦਨਾਮ ਕਰਦੇ ਹਾਂ ਦੂਜੇ ਪਾਸੇ ਇਹ ਧਿਆਨ ਰੱਖਣਾ ਚਾਹੀਦਾ ਵੀ ਜਿਹੜੀ ਅਸੀਂ ਪੰਜਾਬੀ ਦੇ ਕਰਦੇ ਹਾਂ ਲੇਕਿਨ ਅਸਲੀ ਜਿਹੜੀ ਜਿਹੜੇ ਲੋਕ ਫੈਕਟਰ ਆ ਰੂਲਿੰਗ ਕਲਾਸ ਜਿਹੜੀ ਰੂਲਿੰਗ ਫੈਕਟਰ ਜਿਹਨਾਂ ਨੇ ਸੁਧਾਰਨਾ ਉਹ ਪੰਜਾਬੀ ਦੀ ਸੇਵਾ ਕਰ ਰਹੇ ਨੇ ਰੀਅਲ ਸੈਂਸ ਵਿੱਚ ਅਸੀਂ ਦੇ ਸਕੂਲ ਅੰਗਰੇਜ਼ੀ ਸਕੂਲਾਂ ਬੱਚੇ ਪੜ੍ਹਾ ਰਹੇ ਹਾਂ ਆਪਣੇ ਬਿਲਕੁਲ ਹਾਂਜੀ ਆਪਣੇ ਸਾਡੇ ਘਰਾਂ ਹੀ ਪੰਜਾਬੀ ਲਿਟਰੇਚਰ ਹੈਗਾ ਜਿਹੜੇ ਇਸ ਮੁੰਡੇ ਨੇ ਮੁੱਦਾ ਉਠਾਇਆ ਸੀ ਕਿਆ ਉਹ ਇੱਥੇ ਪੰਜਾਬੀ ਬੋਲਦਾ ਬਸ ਇਹ ਚੀਜ਼ ਵੇਖਣੀ ਹੈ ਇੰਗਲਿਸ਼ ਬੋਲਦਾ ਹੋਊਗਾ ਸਾਡੇ ਬਜਾਏ ਬੜੇ ਮੁੱਦੇ ਨੇ ਪੰਜਾਬ 'ਚ ਪੰਜਾਬੀ ਭਾਸ਼ਾ ਡੋਮੀਨੇਟ ਹੋ ਰਹੀ ਹੈ ਫਿਰ ਰਿਪੀਟ ਕਰਦਾ ਮਸਲਾ ਕੋਈ ਵੱਡਾ ਨਹੀਂ ਹੈਗਾ ਅਜੇ ਵੀ ਲੋਕਾਂ ਦੇ ਮਨਾਂ 'ਚ ਗੁਰਦਾਸ ਮਾਨ ਦੇ ਲਈ ਬਹੁਤ ਇੱਜ਼ਤ ਹੈ ਠੀਕ ਹੈ ਜੀ ਡੁੱਲੇ ਬੇਰਾਂ ਦਾ ਕੁਛ ਨਹੀਂ ਹੋਇਆ ਅਜੇ ਵੀ ਉਹ ਆ ਕੇ ਕਲੈਰੀਫਿਕੇਸ਼ਨ ਦੇ ਸਕਦਾ ਉਹਨੂੰ ਥੋੜਾ ਜਿਹਾ ਕਲੈਰੀਫਿਕੇਸ਼ਨ ਦੇ ਦਿੱਤਾ ਔਰ ਬੜੇ ਦੇਖੋ ਪੰਜਾਬੀਆਂ ਦਾ ਦਿਲ ਬਹੁਤ ਵੱਡੇ ਹੈ ਠੀਕ ਹੈ ਮਾੜਾ ਜਿਹਾ ਕਹਿ ਤਾਂ ਸੀ ਮਾਫੀ ਮੰਗਣ ਨਾਲ ਕੋਈ ਕਰਦਾ ਨਹੀਂ ਮਾੜਾ ਕਹਿ ਤਾਂ ਦੇਖੋ ਇਹਨੂੰ ਵੋਟਾਂ ਤੇ ਚੁੱਕੇ ਨਾ ਫਿਰ ਮਾਫੀ ਮੰਗਣ ਨਾਲ ਕੋਈ ਕਰਦਾ ਗੁਰਦਾਸ ਮਾਨ ਜੀ ਦੇ ਜਿਹੜੇ ਸਾਡੀ ਇੰਟਰਵਿਊ ਸੁਣਦੇ ਹੋ ਬਸ ਇੰਨਾ ਹੀ ਕਹਿ ਦਿੰਦੇ ਵੀ ਮਾਫੀ ਮੰਗਣ ਨਾਲ ਕੋਈ ਫਰਕ ਨਹੀਂ ਪੈਂਦਾ ਸਟਾਨ ਜਿਹੜਾ ਹਾਜ਼ਰ ਹੁੰਦਾ ਹੈ ਉਹ ਥੋੜਾ ਜਿਹਾ ਭਾਵੁਕ ਹੋ ਗਿਆ ਉਹ ਥੋੜੇ ਜੇ ਪੇਸ਼ੈਂਟ ਰੱਖ ਲੈਂਦਾ ਜਾ ਹੁਣ ਕੋਈ ਵੱਡਾ ਮਸਲਾ ਨਹੀਂ ਮਾਫੀ ਮੰਗ ਲਵੇ ਥੋੜਾ ਜਿਹਾ ਮੇਰੇ ਕੋ ਗਲਤੀ ਚ ਉਹ ਗੁਰਦਾਸ ਮਾਨ ਨਾਲ ਬਚਣ ਦੀ ਲੋੜ ਹੈ ਕਈ ਏਜੰਸੀਆਂ ਕੰਮ ਕਰ ਰਹੀਆਂ ਨੇ ਬਦਨਾਮ ਕਰਦੀਆਂ ਕੋਈ ਉਸ ਦਾ ਕਿਸੇ ਸਾਜ਼ਿਸ਼ ਦਾ ਸ਼ਿਕਾਰ ਵੀ ਹੋਵੇ ਜਾਂ ਕਿਤੇ ਇਸ ਕਰਕੇ ਮੈਂ ਤਾਂ ਇਹੀ ਬੇਨਤੀ ਕਰਾਂਗਾ ਪੰਜਾਬੀਆਂ ਨੂੰ ਵੀ ਬੇਨਤੀ ਕਰਾਂਗਾ ਵੀ ਅਸੀਂ ਐਸੀਆਂ ਸੈਲੀਬ੍ਰਿਟੀਆਂ ਘੱਟ ਪੈਦਾ ਹੁੰਦੀਆਂ ਨੇ ਅਤੇ ਆਪਾਂ ਇੱਕਦਮ ਹੀ ਕਿਸੇ ਨੂੰ ਖਤਮ ਨਾ ਕਰ ਦਈਏ ਕਿਉਂਕਿ ਬੜੀ ਮਿਹਨਤ ਕਰਨ ਲੱਗਦੀ ਆਪਾਂ ਉਹਦੇ ਜੇ ਗਲਤੀ ਕੀਤੀ ਉਹਨੇ ਅਤੇ ਆਪਾਂ ਕੋਈ ਚੰਗੇ ਸੱਜਣ ਜਾਣ ਉਹਨੂੰ ਸਮਝਾਉਣ ਵੀ ਨਹੀਂ ਤੂੰ ਮਾਫੀ ਮੰਗ ਮਾਫੀ ਮੰਗ ਲੈਂਦੇ ਬਹੁਤ ਵਧੀਆ ਮਾਫੀ ਦੇ ਨਾਲ ਤੱਕ ਵੱਧ ਜੀਤ ਪਾਤਰ ਨੇ ਟੈਲੀਵਿਜ਼ਨ 'ਤੇ ਸਪੈਸ਼ਲੀ ਕਿਹਾ ਕਿ ਅਸੀਂ ਜਿਹੜੇ ਆਰਟਿਸਟ ਹੈਗੇ ਹਾਂ
ਔਰ ਜਿਹੜੇ ਇੰਟਲੈਕਚੁਅਲਸ ਹੈਗੇ ਆ ਅਸੀਂ ਇਕੱਠੇ ਬੈਠ ਕੇ ਇੱਕ ਐਸੀ ਸੰਸਥਾ ਬਣਾਵਾਂਗੇ ਤਾਂ ਕਿ ਫਿਊਚਰ 'ਚ ਜੇ ਕੋਈ ਐਸਾ ਦੁਬਾਰਾ ਇੰਸੀਡੈਂਟ ਆਉਂਦਾ ਤੇ ਅਸੀਂ ਉਸ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੈ ਉਹਦੇ ਬਾਰੇ ਇੱਕ ਵਾਰੀ ਪੱਕੇ ਤੌਰ ਤੇ ਕਾਇਦਾ ਕਾਨੂੰਨ ਬਣ ਜਾਏਗਾ, ਬਹੁਤ ਅੱਛੀ ਬਿਆਨ, ਇੱਕ ਮਾਪਦੰਡ ਬਣ ਜਾਏਗਾ, ਮਾਪਦੰਡ ਬਣਨਾ ਚਾਹੀਦਾ ਹੈ। ਇਸ ਤਰ੍ਹਾਂ ਆਪਾਂ ਅਗਲੇ ਫਿਰ ਕਿਤੇ ਪ੍ਰੋਗਰਾਮ ਦੇ ਵਿੱਚ ਪੂਰਾ ਵੇਰਵਾ ਕਰਾਂਗੇ ਤੇ ਕਿਉਂਕਿ ਸਾਡੇ ਕੋਲ ਟਾਈਮ ਬਿਲਕੁਲ ਘੱਟ ਆ ਤੇ ਸਮਾਪਤ ਹੋਣ ਲੱਗਾ ਤੇ ਦੋਸਤੋ ਇਸ ਇੰਟਰਵਿਊ ਨੂੰ ਦੇਖ ਕੇ ਤੁਸੀਂ ਕਮੈਂਟ ਜਾਂ ਸਲਾਹ ਸਾਨੂੰ ਬਹੁਤ ਜ਼ਰੂਰੀ ਦਿਓ ਵੀ ਕਿਆ ਇੱਕ ਸੋਚਣਾ ਚਾਹੀਦਾ ਆਪਾਂ ਨੂੰ। ਥੈਂਕ ਯੂ ਸੋ ਮੱਚ, ਆਪਣਾ ਪੰਜਾਬ ਟੀਵੀ ਦੇਖਦੇ ਸਾਰਿਆਂ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।